ਏ ਗੁਰੂ ਜੀ ਬਸੰਤ ਮਹਲਾ ਪੰਜਵਾਂ ਮਨ ਤਨ ਪੀਤਰ ਲਾਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀ ਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ ਮਨ ਤਨ ਭੀਤਰ ਲਾਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ ਮੇਰੇ ਮਨ ਤੇ ਤਨ ਵਿੱਚ ਹੇ ਮੇਰੇ ਵਾਹੇ ਗੁਰੂ ਹੇ ਗੁਰੂ ਨਾਨਕ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਮਨ ਤੇ ਤਨ ਸੋ ਗੁਰੂ ਨੇ ਦਿਆਲ ਹੋ ਕੇ ਮੇਰੀ ਆਸ ਪੂਰੀ ਕਰ ਦਿੱਤੀ ਕਿਲ ਵਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਸਾਧੂ ਦਾ ਸੰਗ ਸਤਪੁਰਸ਼ਾਂ ਦੀ ਸੋਭ ਦੇ ਵਿੱਚ ਜੁੜਿਆ ਸਾਡੇ ਪਾਪ ਕੱਟੇ ਗਏ ਕੋਟ ਪਰਾਧੀ ਸੰਤ ਸੰਗ ਉਧਰੈ ਜਮ ਤਾਂ ਕਹਿ ਨੇੜ ਨਾ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਖਲਸਿਓ ਆਣ ਮਿਲਾਵੇ ਰੱਬ ਦੇ ਜਨ ਪਿਆਰੀਓ ਮਿਲਾ ਦਿੰਦਾ ਕੀ ਮੇਰੇ ਵਾਹਿਗੁਰੂ ਪ੍ਰੇਮ ਕਰਕੇ ਤੇਰੇ ਨਾਮ ਸਵਾਸ ਸਵਾਸ ਸਿੱਧ ਜਪਿਆ ਨਾਮ ਜਪਿਓ ਪਰ ਨਾਮ ਗੁਰ ਪ੍ਰਸਾਦ ਬਸੰਤ ਮਨ ਚਰਨ ਕਮਲ ਹਿਰਦੈ ਉਰ ਧਾਰ ਸਦਾ ਸਦਾ ਹਰ ਜਸ ਸੁਣੋ ਗੁਰੂ ਦੀ ਕਿਰਪਾ ਬਖਸ਼ਿਸ਼ ਕਰਕੇ ਮੈਨੂੰ ਆਨੰਦ ਬਣ ਗਿਆ ਗੁਰੂ ਦੇ ਚਰਨ ਕਮਲ ਗਿਰਦੇ ਵਿੱਚ ਧਾਰਨ ਕੀਤੇ ਹੇ ਮੇਰੇ ਵਾਹਿਗੁਰੂ ਸਦੀਵੀ ਤੇਰਾ ਜਸ ਸੁਣਿਆ ਤੇਰੇ ਗੁਣ ਗਾਏ ਸਮਰੱਥ ਸੁਆਮੀ ਕਾਰਣ ਕਰਨ ਮੋਹੇ ਅਨਾਥ ਪ੍ਰਭ ਤੇਰੀ ਸਰਣੋ ਹੇ ਸਮਰੱਥ ਮੇਰੇ ਵਾਹਿਗੁਰੂ ਗੁਰੂ ਨਾਨਕ ਤੂੰ ਸਭ ਕੁਝ ਕਰਨ ਯੋਗ ਮਾਲਕ ਹੈ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਿਉਂ ਮਨ ਤੋਂ ਵਸਾਰੀਏ ਇਸ ਐਸੇ ਮਾਲਕ ਨੂੰ ਜੋ ਸਭਨਾ ਗੱਲਾਂ ਕਰਨ ਯੋਗ ਹੈ ਆਪ ਜਗਤ ਦਾ ਰਹਿਬਰ ਜਗਤ ਦਾ ਮਾਲਕ ਕਰਨ ਕਾਰਨ ਸੁਆਮੀ ਹੀ ਮੇਰੇ ਵਾਹਿਗੁਰੂ ਮੈਂ ਅਨਾਥ ਤੂੰ ਦੀਨ ਬੰਧੂ ਦੀਨ ਦਿਆ ਅਨਾਥਾਂ ਦਾ ਨਾਥ ਹੈ ਨਿਆਸਰਿਆਂ ਦਾ ਆਸਰਾ ਨਿਓਟਿਆਂ ਦੀ ਓਟ ਨੇ ਗੱਤੀਆਂ ਦੀ ਗਤ ਨੇ ਪੱਤਿਆਂ ਦੀ ਪੱਤ ਕਰਨ ਵਾਲਾ ਤੂੰ ਮਾਲਕ ਗਰੀਬ ਨਵਾਜ ਗੁਸੈਂਯਾ ਮੇਰਾ ਮੱਥ ਹੈ ਛਤਰ ਤੂੰ ਗਰੀਬ ਨਵਾਜ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼ ਕਿਉਂਕਿ ਉੱਥੇ ਤੇਰੀ ਨਦਰ ਹੈ ਤੇਰੀ ਬਖਸ਼ਿਸ਼ ਹੈ ਤੇਰੀ ਹੀ ਇੱਕ ਸ਼ਰਨ ਹੈ ਕਿਉਂਕਿ ਤੇਰਾ ਇਹ ਬਿਰਤ ਇਹ ਪ੍ਰਣ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਤ ਸੁਆਮੀ ਸੰਗਾ ਜੀ ਜੰਤ ਤੇਰੇ ਆਧਾਰ
ਕਰ ਕਿਰਪਾ ਪ੍ਰਭਲੇ ਨਿਸਤਾਰ। ਅਸਤੂਲ ਤੇ ਸੂਖਮ ਜੀਵ, ਹੇ ਮੇਰੇ ਗੁਰੂ ਨਾਨਕ ਤੇਰੇ ਆਸਰੇ ਲਿਆ, ਤੂੰ ਸਭਨਾ ਦਾ ਮਾਲਕ ਹੈ। ਹੇ ਵਾਹਿਗੁਰੂ ਕਿਰਪਾ ਕਰਕੇ ਮੈਨੂੰ ਵੀ ਤਾਰ ਲਵੋ। ਕਰ ਕਿਰਪਾ ਪ੍ਰਭਲੇ ਨਿਸਤਾਰ, ਭਾਵ ਖੰਡਨ ਦੁਖ ਨਾਸ ਦੇਵ, ਸੁਰ ਨਰ ਮੁਨ ਜਨ ਤਾ ਕੀ ਸੇਵ। ਹੇ ਭਵ ਖੰਡਨ, ਹੇ ਦੁੱਖਾਂ ਦੇ ਦੂਰ ਕਰਨ ਹਾਰੇ ਜਗਤ ਦੇ ਰਹਿਬਰ, ਹੇ ਮੇਰੇ ਵਾਹਿਗੁਰੂ ਪ੍ਰਕਾਸ਼ ਰੂਪ ਸੁਰ ਨਰ ਮੁਨੀ ਜਨ ਸਭ ਤੈਨੂੰ ਜਪ ਰਹੇ, ਸਭ ਤੈਨੂੰ ਸੇਵਦੇ ਨੇ, ਤੇਰੀ ਯਾਦ ਚਿੰਤਨ ਵਿੱਚ ਸਾਰੇ ਜੁੜਦੇ ਨੇ। ਸੁਰ ਨਰ ਮੁਨ ਜਨ ਤਾਂ ਕੀ ਸੇਵ, ਤੇਰੀ ਸੇਵਾ ਕਰਦੇ। ਧਰਣ ਆਕਾਸ ਜਾ ਕੀ ਕਲਾਵਾ, ਤੇਰਾ ਦੀਆ ਸਭ ਜੰਤ ਖਾ। ਹੇ ਮੇਰੇ ਵਾਹਿਗੁਰੂ, ਧਰਤੀ ਤੇ ਆਕਾਸ ਜਿਸ ਤੇਰੀ ਸ਼ਕਤੀ ਵਿੱਚ ਹੀ ਸਥਿਤ ਨੇ, ਤੇਰੇ ਆਸਰੇ ਖਲੋਤੇ ਨੇ। ਧਰਤੀ ਆਕਾਸ ਤੇਰੇ ਆਸਰੇ, ਸਭ ਜੀਵ ਤੇਰਾ ਦਿੱਤਾ ਹੋਇਆ ਹੀ ਖਾਂਦੇ ਨੇ, ਤੂੰ ਇੱਕ ਦਾ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੂੰ ਸਭਨਾ ਜੀਵਾਂ ਦਾ ਦਾਤਾ ਹੈ, ਸਭਨਾ ਨੂੰ ਰੋਜੀ ਦਿੰਦਾ। ਹੇ ਮੇਰੇ ਵਾਹਿਗੁਰੂ, ਸਭਨਾ ਦੀ ਤੂੰ ਪਾਲਣਾ ਤੂੰ ਖਬਰ ਲੈਂਦਾ, ਤੂੰ ਮਾਲਕ ਹੈ, ਜਗਤ ਦਾ ਰਹਿਬਰ ਹੈ। ਅੰਤਰ ਜਾਮੀ ਪ੍ਰਭ ਦਾਇਆਲ, ਆਪਣੇ ਦਾਸ ਕੋ ਨਦਰ ਨਿਹਾਲ। ਹੇ ਮੇਰੇ ਗੁਰੂ ਨਾਨਕ, ਤੂੰ ਅੰਤਰ ਦਾ ਪ੍ਰੇਰਕ, ਅੰਤਰ ਜਾਮੀ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬੋਲਿਆਂ ਸਭ ਕੁਛ ਜਾਣਦਾ। ਤੂੰ ਬਿਨਾਂ ਬੋਲਿਆਂ ਤੋਂ ਜਾਣਦਾ, ਤੂੰ ਮਾਲਕ ਹੈ। ਦੀਨ ਦੁਨੀਆਂ ਦਾ ਕਿਤੇ ਦੂਰ ਨਹੀਂ ਬੈਠਾ, ਤੂੰ ਹਿਰਦੇ ਘਰ ਵਿੱਚ ਬੈਠਾ ਹੈ। ਤੂੰ ਸਭ ਕੁਝ ਜਾਣ ਰਿਹਾ ਹੈ, ਦੇਖਦਾ ਹੈ, ਸੁਣਦਾ ਹੈ, ਤੇਤੋਂ ਕੁਝ ਲੁਕਿਆ ਛੁਪਿਆ ਨਹੀਂ। ਅੰਤਰ ਜਾਮੀ ਪ੍ਰਭ ਦਾਇਆਲ, ਆਪਣੇ ਦਾਸ ਤੋਂ ਨਦਰ ਨਿਹਾਲ। ਹੇ ਦਿਆਲੂ ਕਿਰਪਾਲੂ, ਆਪਣੇ ਦਾਸਾਂ ਕਿਰਪਾ ਦੀ ਨਜ਼ਰ ਨਾਲ ਦੇਖ। ਹੇ ਭਾਈ ਨੰਦ ਲਾਲ ਜੀ, ਕਲਗੀਧਰ ਮਹਾਰਾਜ ਸਤਿਗੁਰਾਂ ਦੇ ਸਨਮੁਖ ਬੇਨਤੀ ਅਰਜ ਗੁਜ਼ਾਰਦੇ ਹਾਂ, ਬਚਨ ਕਹਿੰਦੇ ਨੇ, ਹੇ ਗਰੀਬ ਨਿਵਾਜ, ਜਕ ਨਗਾਹ ਕਦਮ ਦੀ ਕਾਫੀ, ਇੱਕ ਨਦਰ ਹੀ ਮਿਹਰ ਦੀ ਬਹੁਤ ਹੈ ਪਾਤਸ਼ਾਹ। ਐਸੀ ਨਦਰ ਜੋ ਕੌੜੇ ਰੀਠੇ ਤੇ ਕੀਤੀ, ਉਹੀ ਨਦਰ ਜੋ ਬਲੀ ਗੰਧਾਰੀ ਤੇ ਕੀਤੀ, ਪੱਥਰ ਤੇ ਕੀਤੀ। ਜਿਸ ਨਦਰ ਨੇ ਗਰੀਬ ਨਿਵਾਜ ਅਨੇਕਾਂ ਨੂੰ ਤਾਰਿਆ, ਇਸ ਚੱਕਰ ਤੇ ਵੀ ਮਿਹਰ ਦੀ ਨਦਰ ਕਰ। ਜਕ ਨਗਾਹ ਕਰਮ ਦੀ ਕਾਫੀ, ਬਲ ਅਸਾਡੀ ਭਾਲੀ ਕਰੇ ਨਿਹਾਲੇ, ਮੈਂ ਨਿਹਾਲ ਹੋ ਜਾਵਾਂਗਾ। ਨਾਨਕ ਨਦਰੀ ਨਦਰ ਨਿਹਾਲ, ਕਿਉਂਕਿ ਪਿਆਰਿਓ ਗੁਰੂ ਦੀ ਨਦਰ ਵਿੱਚ ਅੰਮ੍ਰਿਤ ਵਸਦਾ ਹੈ। ਗੁਰੂ ਦੀ ਨਦਰ ਵਿੱਚ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ, ਜਿਹਨਾਂ 'ਤੇ ਮਿਹਰ ਦੀ ਨਦਰ ਨਾਲ ਤੱਕਿਆ। ਕਿਰਪਾ ਕਟਾਖ ਅਵ ਲੋਕਨ ਕੀ ਨੋ, ਦਾਸ ਕਾ ਦੁੱਖ ਵਧਾਰੇ। ਉਹ ਇੱਕ ਮਿਹਰ ਹੀ ਕੀਤੀ, ਤੱਕਿਆ ਕਟਾਖ, ਇੱਕ ਤਰਫ ਤੱਕਣਾ ਦੇਖਣਾ,
ਸਾਰੇ ਦੁੱਖਾਂ ਦਾ ਨਾਸ ਗੁਰੂ ਦੀ ਨਜ਼ਰ ਹੋ ਜਾਵੇ। ਅੰਤਰਜਾਮੀ ਰੱਬ ਦਇਆ ਆਪਣੀ ਦਾਸ ਕੋ ਨਜ਼ਰ ਨਿਹਾ। ਕਰ ਕਿਰਪਾ ਮੋਹਿ ਦੇਹੋ ਦਾਨ, ਜਪ ਜੀਵੈ ਨਾਨਕ ਤੇਰੋ ਨਾਮ। ਕਿਰਪਾ ਕਰਕੇ ਹੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਮੈਨੂੰ ਇਹ ਦਾਨ ਦਵੋ, ਜਾਚਕ ਮੰਗੈ ਦਾਨ ਦੇਹੇ ਪਿਆਰਿਆ, ਤੇਰੇ ਦਰ ਦਾ ਮੰਗਤਾ ਭਿਖਾਰੀ ਇਹ ਤੇਰੇ ਤੋਂ ਦਾਨ ਮੰਗਦਾ। ਕੈਸਾ ਦਾਨ, ਜਪ ਜੀਵੈ ਨਾਨਕ ਤੇਰੋ ਨਾਮ। ਹੇ ਮੇਰੇ ਵਾਹੀ ਗੁਰੂ, ਗੁਰੂ ਨਾਨਕ ਤੇਰਾ ਨਾਮ ਜਪ ਕੇ ਜੀਵੇ, ਸਦੀਵੀ ਤੇਰੇ ਨਾਮ ਦੇ ਵਿੱਚ ਜੁੜੇ ਰਹੀਏ, ਤੇਰੇ ਨਾਮ ਨੂੰ ਜਪੀਏ, ਨਾਮ ਨੂੰ ਸਰਵਣ ਕਰੀਏ, ਸਦੀਵ ਤੇਰਾ ਨਾਮ ਹੀ ਪਾਤਸ਼ਾਹ ਜਪਦਾ ਰਹਾਂ, ਇਹ ਬਖਸ਼ਿਸ਼ ਮਹਿਰਾ ਬਦਕਾਰ। ਬਸੰਤ ਮਹਲਾ ਪੰਜੋ, ਰਾਮ ਰੰਗ ਸਭ ਗਏ ਪਾਪ, ਰਾਮ ਜਪਤ ਕਛ ਨਹੀਂ ਸੰਤਾਪ। ਰਾਮ ਦੇ ਪ੍ਰੇਮ ਕਰਿਆ ਸਭ ਪਾਪ ਦੂਰ ਹੋ ਜਾਂਦੇ ਨੇ ਪਿਆਰੇ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਵਿੱਚ ਪ੍ਰੇਮ ਕੀਤਾ ਸਭ ਪਾਪ ਖੰਡਨ ਹੋ। ਰਾਮ ਦੇ ਜਪਿਆ ਕੋਈ ਜੀਵ ਨੂੰ ਸੰਤਾਪ ਨਹੀਂ ਜੋ ਜਪਦਾ। ਗੋਬਿੰਦ ਜਪਤ ਸਭ ਮਿਟੇ, ਹਰ ਸਿਮਰਤ ਕਛ ਨਾਹੀ ਫੇਰ। ਗੋਬਿੰਦ ਦੇ ਜਪਿਆ ਸਭ ਅਗਿਆਨ ਆਦਿਕ ਅੰਧਕਾਰ ਛੁੱਟ ਗਿਆ। ਵਾਹਿਗੁਰੂ ਨੂੰ ਸਿਮਰਦਿਆਂ ਹੋਇਆ ਕੁਛ ਫੇਰ ਨਹੀਂ ਹੁੰਦਾ, ਜੂਨੀਆਂ ਵਿੱਚ ਨਹੀਂ ਪੈਂਦਾ। ਬਸੰਤ ਹਮਾਰਾ ਰਾਮ ਰੰਗ, ਸੰਤ ਜਨਾ ਸਿਉ ਸਦਾ ਸੰਗ। ਰਾਮ ਦੇ ਸਾਥ ਜੋ ਪ੍ਰੇਮ ਕਰਨਾ ਸੋ ਇਹ ਬਸੰਤ ਹੈ, ਆਨੰਦ ਹੈ। ਬਸੰਤ ਦੀ ਰੁੱਤ ਸਮਾਨੋ ਆਨੰਦ ਦੇ ਖੇੜਾ ਖੁਸ਼ੀ, ਸੰਤ ਜਨਾਂ ਦੇ ਸਾਥ ਸਦਾ ਅੱਡਾ ਸੰਗ ਹੋ ਰਿਹਾ। ਸੰਤ ਜਨੀ ਕੀ ਆਯੋ ਦੇਸ, ਜੈ ਗੋਬਿੰਦ ਭਗਤ ਸੋ ਧਨ ਦੇਸ। ਸੰਤ ਜਨਾਂ ਨੇ ਉਪਦੇਸ਼ ਕੀਤਾ, ਇਹ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਕਿ ਜਿੱਥੇ ਗੋਬਿੰਦ ਦਾ ਭਗਤ ਰੱਬ ਦਾ ਜਨ, ਉਹ ਦੇਸ਼ ਧਨ ਹੈ, ਧਨ ਹੈ। ਹਰ ਭਗਤ ਹੀਨ ਉਹਦੇ ਆਨ ਥਾਨ, ਗੁਰ ਪ੍ਰਸਾਦ ਘਟ ਘਟ ਪਛਾਨ। ਪਾਤਸ਼ਾਹ ਫਰਮਾਉਂਦੇ ਨੇ ਜੋ ਸਥਾਨ ਵਾਹਿਗੁਰੂ ਦੀ ਭਗਤੀ ਤੋਂ ਗੀਣਾ ਹੈ ਪਿਆਰੇ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਵਾਹੀ ਗੁਰੂ ਦੀ ਬੰਦਗੀ ਇਬਾਦਤ ਨਹੀਂ, ਉਜਾੜ ਦੇ ਤੁਲ ਹੈ ਭਾਵੇਂ ਬੜੇ ਮੁਕਲ। ਗੁਰੂ ਦੀ ਕਿਰਪਾ ਕਰਕੇ ਘਟ ਘਟ ਵਿੱਚ ਪਹਿਚਾਣ ਲਿਆ। ਹਰ ਕੀਰਤਨ ਰਸ ਭੋਗ ਰੰਗ, ਮਨ ਪਾਪ ਕਰਤ ਤੂੰ ਸਦਾ ਸੰਗ। ਕੇ ਪਿਆਰਿਓ, ਮਨ ਕਰਕੇ ਹਰੀ ਦੇ ਪ੍ਰੇਮ ਰਸ ਨੂੰ ਭੋਗੋ, ਬਾਣੀ ਕਰਕੇ ਕੀਰਤਨ ਕਰੋ, ਕੀਰਤ ਪ੍ਰਭ ਕੀ ਗਾਓ ਮੇਰੀ ਰਸੋ, ਰਸਨਾ ਕਰਕੇ ਪ੍ਰਭੂ ਦੀ ਕੀਰਤੀ ਨੂੰ ਗਾਵੋ। ਕੇ ਪਿਆਰਿਓ, ਮਨ ਪਾਪ ਕਰਨੇ ਸੀ ਸਦਾ ਸੰਗੋ ਹਟੇ ਦੱਸੋ, ਮਨ ਪਾਪ ਕਰ ਤੂੰ ਸਦਾ ਸੰਗ, ਤੂੰ ਸੰਗ ਪਾਪ ਨਾ ਕਰ।
ਕਿਉਂਕਿ ਵੱਡੀਆਂ ਸਜਾਵਾਂ ਵੱਡੇ ਦੁੱਖ ਨੇ। ਤਾਂ ਲੋਕੀ ਦਾ ਮਾਲ ਦੇਖਦਾ ਹੈ ਪਿਆਰੇ, ਉਹ ਸੁਣਦਾ ਹੈ, ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ। ਉਹ ਮਾਲ ਬੜਾ ਚੋਝੀ ਪ੍ਰੀਤਮ ਬੜਾ ਮਨੁੱਖ ਨੂੰ ਸਮਾਂ ਵਕਤ ਦਿੰਦਾ ਹੈ ਕਿ ਸੰਭਲ ਜਾਵੇ, ਪਰ ਜਦੋਂ ਮਨੁੱਖ ਨਾ ਖਟੇ ਫਿਰ ਸਜਾਵਾਂ ਦਾ ਹੱਕਦਾਰ ਉਹ ਬਣ ਜਾਂਦਾ ਹੈ। ਕਿਉਂਕਿ ਜੋ ਮਨੁੱਖ ਤਨ ਰੂਪੀ ਧਰਤੀ ਵਿੱਚ ਕਰਮ ਦਾ ਬੀਜ ਬੀਜਦਾ ਉਹ ਵੱਢਣਾ ਪੈਂਦਾ ਹੈ। ਕਰ ਕਰਨਾ ਲਿਖ ਲੈ ਜਾਹੋ, ਜੋ ਕਰਮ ਕਰਦੇ ਉਹ ਲਿਖੇ ਜਾ ਰਹੇ। ਨਿਕਟ ਪੇਖ ਪ੍ਰਭ ਕਰਨ ਹਾਰ ਈਜੋਤ ਪ੍ਰਭ ਕਾਰਜ ਸਾਰ। ਨਿਕਟ ਪੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ। ਮੇਰਾ ਵਾਂਖੇ ਗੁਰੂ ਪਰਮਾਤਮਾ ਸਿਟੀ ਦੇ ਕਰਨ ਖਾਰ ਨੂੰ ਨਿਕਟ ਦੇਖਦੇ, ਕਿਉਂਕਿ ਉਹ ਖਾਜਰਾ ਹਜ਼ੂਰ। ਲੋਕ ਅਤੇ ਪ੍ਰਲੋਕ ਦਾ ਕਾਰਜ ਪ੍ਰਭੂ ਪਰਮੇਸ਼ੁਰ ਸੰਭਾਲ ਨਾਲ ਸਿੱਧ ਕਰਦਾ ਹੈ। ਚਰਨ ਕਮਲ ਸਿਉ ਲਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ। ਜਿਸ ਪਰਮੇਸ਼ੁਰ ਦੇ ਚਰਨ ਕਮਲਾਂ ਸੀ ਸਾਡਾ ਧਿਆਨ ਲੱਗਿਆ, ਮਨ ਜੁੜਿਆ, ਤਾਂ ਕਰਕੇ ਪ੍ਰਭੂ ਨੇ ਇਹ ਦਾਨ ਦਿੱਤਾ, ਬਖਸ਼ਿਸ਼ਾਂ ਕੀਤੀਆਂ। ਇਸ ਤਰ੍ਹਾਂ ਫਿਰ ਬੇਨਤੀ ਕਰਦੇ ਹਾਂ ਵਾਹਿਗੁਰੂ ਅੱਗੇ, ਤੇਰੇ ਆਮ ਸੰਤ ਜਨਾ ਕੀ ਵਾਂਛੋ ਦੂਰ, ਜਪ ਨਾਨਕ ਸੁਆਮੀ ਸਦ ਹਜੂਰ। ਹੇ ਮੇਰੇ ਵਾਹਿਗੁਰੂ, ਜੋ ਸੰਤ ਜਨ ਤੈਨੂੰ ਸਦੀਵ ਨਿਗਟ ਜਾਣ ਕੇ ਜਪਦੇ ਨੇ, ਤੇਰੀ ਯਾਦ ਚਿੰਤਨ ਵਿੱਚ ਜੁੜਦੇ ਨੇ, ਮੈਂ ਤਿੰਨ ਤੇਰੇ ਸੰਤ ਜਨਾਂ ਦੀ ਚਰਨ ਧੂੜੀ ਨੂੰ ਚਾਹੁੰਦਾ ਹਾਂ। ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮਾਗੈ, ਮੋਕੋ ਕਰ ਸੰਤਨ ਕੀ ਧੂਰੇ ਪਾਤਸ਼ਾਹ। ਇਹ ਵੱਡਾ ਸੁੱਖ ਅਤੇ ਆਨੰਦ ਖੇੜਾ ਤੇਰੇ ਜਨਾਂ ਦੇ ਚਰਨਾਂ ਦੀ ਧੂੜੀ ਨਸੀਬ ਹੋ ਜਾਵੇ। ਕਿਉਂਕਿ ਪਿਆਰਿਓ, ਰੱਬ ਦੇ ਜਨ ਦੇ ਚੜ੍ਹਨਾਂ ਦੀ ਧੂੜੀ 18 ਤੀਰਥਾਂ ਦੇ ਇਸ਼ਨਾਨ ਦਾ ਫਲ, ਵੱਡਾ ਮਹੱਤਵ ਵੱਡਾ ਫਲ, ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ, ਭਾਵਨਾ ਬਣ ਜਾਵੇ। ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾ ਗਏ, ਬਸੰਤ ਮਹਲਾ ਪੰਜਵਾਂ, ਸੱਚ ਪਰਮੇਸ਼ਰ ਨਿਤ ਨਾਮਾ, ਗੁਰ ਕਿਰਪਾ ਤੇ ਨਿਤ ਜਵਾ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਵਨੀ ਉਪਦੇਸ਼ ਦਿੰਦੇ ਨੇ, ਪਿਆਰਿਓ ਪਰਿਪੂਰਨ ਪਰਮਾਤਮਾ ਨਿਤਾਂ ਪ੍ਰਤੀ ਨਵੀਨ ਹੈ, ਜੋ ਅੱਜ ਦਾ ਦਿਨ ਉਹ ਕੱਲ੍ਹ ਨਹੀਂ, ਕੱਲ੍ਹ ਹੋਰ ਦਿਨ ਆਵੇਗਾ, ਨਵਾਂ ਦਿਨ। ਇਸ ਆਰ ਵਾਲਾ ਆਪਣੀ ਜ਼ਿੰਦਗੀ ਵਿੱਚੋਂ ਉਮਰ ਵਿੱਚੋਂ ਦਿਨ ਨਿਕਲ ਗਿਆ ਜੋ ਅੱਜ ਦਾ, ਅਤੇ ਦੂਜਾ ਦਿਨ ਆਉਣਾ, ਦੂਜੀ ਰਾਤ ਆਉਣੀ। ਉਹ ਮਾਲਕ ਵੀ ਮੇਰਾ ਵਾਂਖੇ ਗੁਰੂ ਨਿਤ ਨਵੀਆਂ ਖੁਸ਼ੀਆਂ ਨਵੀਆਂ ਦਾਤਾਂ ਦਿੰਦਾ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਜੇ ਨਿਤ ਹੀ ਉਸਦੀ ਯਾਦ
ਚਿੰਤਨ ਵਿੱਚ ਜੁੜੀਏ ਨਿਤ ਨਵੀਆਂ ਖੁਸ਼ੀਆਂ ਦਾਤਾਂ ਦਿੰਦਾ। ਪਾਤਸ਼ਾਹ ਫਰਮਾਉਂਦੇ ਨੇ ਸੱਚ ਪਰਮੇਸ਼ਰ ਨਿਤ ਨਵਾਂ, ਸੱਚਾ ਪਰਮੇਸ਼ਰ ਇਹ ਤਾਂ ਪ੍ਰਤੀ ਨਵੀ ਕਦੇ ਘੱਟ ਵੱਧ ਨਹੀਂ ਹੁੰਦਾ। ਮੇਰਾ ਵਾਹਿਗੁਰੂ ਇੱਕ ਰਸ ਰਹਿੰਦਾ ਹੈ ਗੁਰੂ ਦੀ ਕਿਰਪਾ, ਜਿਸ ਨੂੰ ਨਿਤ ਹੀ ਜਪਦੇ ਕਾ ਗੁਰ ਕਿਰਪਾ ਤੇ ਨਿਤ ਜਪਾ। ਪ੍ਰਭ ਰਖਵਾਲ ਮਾਈ ਬਾਪ ਜਾ ਕੇ ਸਿਮਰਨ ਨਹੀਂ ਸੰਤਾਪ। ਪਾਤਸ਼ਾਹ ਫਰਮਾਉਂਦੇ ਨੇ ਮੇਰਾ ਵਾਂਗੇ ਗੁਰੂ ਗੁਰੂ ਨਾਨਕ ਹੀ ਮਾਤਾ ਪਿਤਾ ਵੱਤ ਰਖਵਾਲੇ ਹੋਏ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਵਚਨ ਕਹਿੰਦੇ, ਤੂੰ ਮੇਰਾ ਪਿਤਾ ਤੂੰ ਕਹਿ ਮੇਰਾ ਮਾਤਾ, ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਂ ਭੋਗੇ ਹਾ ਕਾੜਾ ਜੀਓ, ਕਿਉਂਕਿ ਮਾਤਾ ਪਿਤਾ ਮੇਰਾ ਵਾਂਗੇ ਗੁਰੂ ਗੁਰੂ ਨਾਨਕ ਹੀ ਹੈ। ਉਹ ਆਪ ਰਖਵਾਲਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ। ਜੇ ਸਮਝ ਲਿਆ ਰਾਖਾ ਉਸ ਮਾਲਕ ਨੂੰ ਤੇ ਪਿਆਰਿਓ ਤੱਤੀ ਵਾਹ ਨਹੀਂ ਲੱਗਦੀ। ਅਨੇਕਾਂ ਯਤਨ ਕੀਤੇ ਗਏ, ਸੁਲੀ ਖਾਨ ਪਠਾਨ ਚੜ੍ਹਾਈ ਕਰਕੇ ਆਇਆ, ਸੁਲਭੀ ਖਾਨ ਹੀ ਆਇਆ, ਪਰ ਸਤਿਗੁਰਾਂ ਤੱਕ ਕੋਈ ਪਹੁੰਚ ਨਾ ਸਕਿਆ। ਜਿੱਦਾਂ ਰਾਖਾ ਆਪ ਨਿਰੰਕਾਰ ਔਰ ਆਪ ਗੁਰੂ ਨਾਨਕ ਦੇਵ ਮਹਾਰਾਜ ਜਿਹਦੀ ਪੰਜਵੀਂ ਜੋਤ ਆਪ ਹਰੀ ਰੂਪ, ਜੋ ਭੱਟ ਸਤਿਗੁਰਾਂ ਦੇ ਗੁਣ ਗਾਉਂਦੇ ਆ, ਵਚਨ ਕਹਿੰਦੇ ਨੇ ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੀ ਉਹ ਭਰ ਭਨ ਮਥਲਾ ਕਛ ਭੇਦ ਨਹੀਂ ਗੁਰੀ ਅਰਜਨ ਪ੍ਰਤਖ ਹਰ ਆਪ ਹਰੀ ਆਪ ਜਗਤ ਦੇ ਮਾਨ। ਕਿਉਂਕਿ ਆਪ ਸਤਿਗੁਰੂ ਪਾਤਸ਼ਾਹ ਭਾਵ ਨੇ ਉਪਦੇਸ਼ ਦਿੰਦੇ ਨੇ, ਇਸਮਤ ਦਿੰਦੇ ਨੇ, ਆਪਣੇ ਆਪ ਨੂੰ ਸੰਬੋਧਨ ਕਰਦੇ ਆ ਕਿ ਪਿਆਰਿਓ ਰਖਵਾਲਾ ਆਪਣਾ ਮਾਲਕ ਹੀ ਹੈ। ਵਾਸਤਵ ਤੇ ਮਾਤਾ ਪਿਤਾ ਮਾਈ ਬਾਪ ਉਹ ਆਪ ਹੈ, ਉਸ ਨੂੰ ਸਮਝੀਏ ਉਹ ਇੱਕ ਦਾ ਨਹੀਂ ਉਹ ਸਭਨਾ ਦਾ ਹੈ। ਭਾਵੇਂ ਕੋਈ ਨੀਚ ਭਾਵੇਂ ਕੋਈ ਊ ਸਭਨਾ ਦਾ ਮਾਲਕ ਹੈ। ਸਾਂਝਾ ਸਾਹਿਬ ਬਾਪ ਹਮਾਰਾ, ਸਾਂਝਾ ਸਾਹਿਬ ਹੈ ਸਭਨਾ ਦਾ ਬਾਪ ਹੈ। ਇੱਕ ਦੀ ਹੀ ਆਪਾਂ ਬਾਦ ਕੇ ਹਾਂ, ਸਤਿਗੁਰਾਂ ਦੇ ਬੱਚੇ ਨੇ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤ ਪਾਲਕ, ਪ੍ਰਤੀ ਪਾਲਣਾ ਵੀ ਹਰੀ ਕਰਦਾ ਹੈ ਮਾਤਾ ਪਿਤਾ। ਹਰ ਜੀ ਮੇਰੀ ਸਾਰ ਕਰੇ ਹਮ ਅਰਕੇ ਪਾਲ, ਕਿਉਂਕਿ ਵਾਸਤਵ ਤੇ ਆਪਾਂ ਹਰੀ ਦੇ ਹੀ ਬਾਲ ਕੇ ਜਾ ਕੇ ਸਿਮਰਨ ਨਹੀਂ ਸੰਤਾਪ। ਜਦੋਂ ਉਸ ਮਾਲਕ ਮਾਤਾ ਪਿਤਾ ਮੇਰੇ ਵਾਂਗੇ ਗੁਰੂ ਦੀ ਯਾਦ ਸਿਮਰਨ ਵਿੱਚ ਜੁੜਾਂਗੇ ਪਿਆਰਿਓ, ਫਿਰ ਸੰਤਾਪ ਨਹੀਂ ਹੋਣਾ, ਫਿਰ ਬਖਸ਼ਿਸ਼ਾਂ ਰਹਿਮਤਾਂ ਉਸ ਮਾਲਕ ਦੀ, ਕਿਉਂਕਿ ਉਹ ਮਾਲਕ ਦੇਖਦਾ ਤੇ ਸੁਣਦਾ ਹੈ। ਕਸਮ ਤੇ ਆਈ ਇੱਕ ਮਨ ਇੱਕ ਭਾਇ ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬ ਰੱਖਿਆ ਕੰਠ ਰਾਏ। ਪਰਮੇਸ਼ਵਰ ਸਵਾਮੀ ਨੂੰ ਇੱਕ ਮਨ ਹੋ ਕੇ ਇੱਕ ਰਸ ਪ੍ਰੇਮ ਕਰਕੇ ਅਸੀਂ ਧਿਆਉਂਦੇ ਹਾਂ ਜਪਦੇ, ਪੂਰੇ ਗੁਰੂ ਦੀ ਸਰੀਰ ਛੱਡ ਲਈ ਹੈ, ਜਿਨ੍ਹਾਂ ਦੀ ਕਿਰਪਾ ਕਰਕੇ ਸੱਚੇ ਸਾਹਿਬ ਨੇ ਸਾਨੂੰ ਕੰਠ ਨਾਲ ਲਾ ਰੱਖਿਆ, ਆਪ ਬਖਸ਼ਿਸ਼ ਕੀਤੀ। ਆਪਣੇ ਜਨ ਪ੍ਰਭ ਆਪ ਰੱਖੇ
ਦੋਟ ਦੂਰ ਸਭ ਭਰਮ ਥਕ। ਆਪਣੇ ਦਾਸ ਪ੍ਰਭੂ ਨੇ ਆਪ ਰੱਖੇ ਨੇ ਦੋਟ ਦੂਰ, ਕਿਹੜੇ ਨੇ? ਜੋ ਕਾਮ ਕਰੋ ਲੋਭ ਹੋਂਕਾਰ, ਸਭ ਭਰਮ ਕਰਕੇ ਥਕਤ ਹੋ ਗਏ, ਹਾਰ ਕੇ ਨਿਰਬਲ ਹੋ ਗਏ। ਬਿਨ ਗੁਰ ਸਾਚੇ ਨਹੀਂ ਜਾਏ, ਦੁੱਖ ਦੇ ਸਦ ਸੰਦਰ ਰਹੇ ਧਾਏ। ਸੱਚੇ ਗੁਰੂ ਤੋਂ ਬਿਨਾਂ ਕੋਈ ਸੁਖਦਾਇਕ ਜਗ੍ਹਾ ਨਹੀਂ। ਮਨਮੁੱਖ ਦੇਸ਼ ਸੰਤਰਾਂ ਵਿੱਚ ਭਰਮ ਕਰਕੇ ਥੱਕ ਗਏ, ਪ੍ਰੰਤੂ ਤਿੰਨਾਂ ਨੂੰ ਦੁੱਖ ਹੀ ਰਿਹਾ। ਕਹਿਰਤ ਉਹਨਾਂ ਕਾ ਮਿਟ ਸਰਾਖ, ਓਏ ਆਪਣਾ ਬੀਜਿਆ ਆਪ ਖਾਖ। ਪੂਰਵਲਾ ਕੀਤਾ ਹੋਇਆ ਕਰਮ ਉਹਨਾਂ ਦਾ ਮਿਟਦਾ ਨਹੀਂ ਪਿਆਰਿਆ, ਉਹ ਆਪਣਾ ਬੀਜਿਆ ਹੋਇਆ ਆਪ ਖਾਂਦੇ ਨੇ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ। ਜਿਹੋ ਜਿਹਾ ਵੀ ਤਨ ਰੂਪੀ ਧਰਤੀ ਵਿੱਚ ਬੀਜਿਆ ਵੱਢਣਾ ਪੈਂਦਾ ਹੈ ਪਿਆਰਿਆ, ਕਿਉਂਕਿ ਉਹ ਬਾਲਕ ਦਾ ਵਿਧਾਨ ਮਰਿਆਦਾ ਹੈ। ਆਪਣੇ ਕੀਤੇ ਹੋਏ ਪਾਪ ਦਾ ਫਲ ਆਪ ਭੋਗਦੇ ਨੇ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਪ ਹੋ ਜਾ। ਜਨ ਕਾ ਰਖਵਾਲਾ ਸੋਏ, ਜਨ ਕੋ ਪਹੁੰਚ ਨਾ ਸਕਸ ਕੋਏ। ਦਾਸਾਂ ਦਾ ਰਾਖਾ ਗੁਰੂ ਨਾਨਕ ਆਪ ਹੈ, ਦਾਸਾਂ ਦੇ ਨਿਕਟ ਦੁਖੀ ਕੋਈ ਪਹੁੰਚ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਰੱਖਿਆ, ਉਹਨਾਂ ਦੀ ਪਹਿਚ ਰੱਖਣ ਵਾਲਾ ਗੁਰੂ ਨਾਨਕ ਅੰਗ ਸੰਗ ਰਹਿੰਦਾ ਹੈ। ਪ੍ਰਭ ਦਾਸ ਰੱਖੇ ਕਰ ਜਤਨ ਆਪ, ਅਖੰਡ ਪੂਰਨ ਜਾ ਕੋ ਪਰਤਾਪ। ਪ੍ਰਭੂ ਨੇ ਆਪਣੇ ਦਾਸਾਂ ਨੂੰ ਆਪ ਯਤਨ ਕਰਕੇ ਰੱਖਿਆ। ਮੇਰਾ ਵਾਹਿਗੁਰੂ ਪਰਮੇਸ਼ਰ ਕੈਸਾ ਹੈ, ਪਾਤਸ਼ਾਹ ਫਰਮਾਉਂਦੇ ਨੇ, ਅਖੰਡ ਹੈ ਜਿਸ ਦਾ ਪ੍ਰਤਾਪ ਸਰਵ ਸਥਾਨਾਂ ਵਿੱਚ ਪਿਆਰੀਓ ਪੂਰਨ ਹੋ ਰਿਹਾ। ਗੁਣ ਗੋਬਿੰਦ ਨਿਤ ਰਸਨ ਗਾਏ, ਨਾਨਕ ਜੀਵੈ ਹਰ ਚਰਨ ਧਿਆਏ। ਅਸੀਂ ਗੋਬਿੰਦ ਦੇ ਗੁਣਾਂ ਨੂੰ ਨਿਤਾ ਪ੍ਰਤੀ ਦਰਸਨਾ ਕਰਕੇ ਗਾਉਂਦੇ ਹਾਂ, ਹਰੀ ਦੇ ਚਰਨਾਂ ਧਿਆ ਕੇ ਹੀ ਜੀਵਦੇ ਹਾਂ। ਅੱਖਾਂ ਜੀਵਾਂ ਵਿਸਰੈ ਮਰ ਜਾ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਲਾਗੈ ਭੂਖ ਭੁੱਖੈ ਖਾਏ ਚਲੀ ਹੈ। ਸੱਚੇ ਨਾਮ ਦੀ ਭੁੱਖ ਤੇ ਪਿਆਸ, ਐਸੀ ਭੁੱਖ ਜੋ ਸਾਰੇ ਦੁੱਖਾਂ ਨੂੰ ਖਾ ਗਈ, ਕਿਉਂਕਿ ਜਪਣਾ ਵੀ ਔਖਾ, ਇਹ ਬਖਸ਼ਿਸ਼ ਰਹਿਮਤ ਹੋਵੇ ਉਹ ਜਪਦਾ। ਆਖੜੀ ਔਖਾ ਸਾਚਾ ਨਾਉ, ਜਾਂ ਤੂੰ ਆਪ ਜਪਾਵੇ ਉਹ ਜਪਦਾ ਹੈ। ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਜੋ ਆਪਾਂ ਪਿਆਰੀ ਉਹ ਜਪਦੇ ਹਾਂ, ਸਮਝੋ ਗੁਰੂ ਨਾਨਕ ਦੀ ਮਿਹਰ ਹੈ। ਗੁਰੂ ਨਾਨਕ ਤੁੱਠਾ ਹੈ ਜਪਦੇ ਹਾਂ, ਫਿਰ ਡੋਲੋ ਨਾ ਉਹ ਰੱਖੇਗਾ। ਤੂੰ ਕਾਂਖੇ ਡੋਲ ਹੈ ਪ੍ਰਾਣੀਆਂ, ਤੂੰ ਦਰਾਖੇਗਾ ਸਿਰਜਨਹਾਰ, ਜਿਨ ਪਦਾਸ਼ ਤੂੰ ਕੀਆ ਸੋਈ ਰੇ ਆਰਾਰ। ਉਹ ਬਖਸ਼ਿਸ਼ਾਂ ਕਰੇਗਾ, ਉਹ ਬੜਾ ਦਿਆਲੂ ਅਤੇ ਕਿਰਪਾਲੂ ਹੈ। ਧੰਨ ਧੰਨ ਬਾਬਾ ਨਮ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਢਹਿ ਬਾਬੋ ਮੇਰਾ ਸਤਿਗੁਰੂ ਬਖਸ਼ੇਗਾ। ਦੀਨ ਬੰਧੂ ਦੀਨ ਦਿਆਲ, ਬੜਾ ਕਿਰਪਾਲੂ ਬੜਾ ਮਿਹਰਬਾਨ ਹੈ, ਢਹਿ ਪਵੋਗੇ ਬਖਸ਼ੇ ਜਾਵੋਗੇ। ਬਸੰਤ ਮਹਲਾ ਪੰਜੋ,
ਗੁਰ ਚਰਨ ਸਰੇਵਤ ਦੁਖ ਗਿਆ, ਪਾਰ ਬ੍ਰਹਮ ਪ੍ਰਭ ਕਰੀ ਅਮਯਾ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਗੁਰੂ ਦੇ ਚਰਨ ਸੇਵੇ ਸਾਡਾ ਜਨਵਾਦੀ ਦੁੱਖ ਨਿਵਿਰਤ ਹੋ ਗਿਆ। ਗੁਰ ਕੇ ਚਰਨ ਜਦੋਂ ਹਿਰਦੇ ਵਿੱਚ ਵਸਾਏ, ਚਰਨ ਕਮਲ ਹਿਰਦੇ ਵਸੈ ਸੰਕਟ ਸਭ ਖੋਵੈ। ਸਾਰੇ ਸੰਕਟ ਕੱਟੇ ਗਏ ਗੁਰੂ ਦੇ ਚਰਨ, ਚਰਨ ਕਮਲ ਹਿਰਦੇ ਵਸੈ ਸੰਕਟ ਸਭ ਖੋਵੈ। ਗੁਰਪੂਰਾ ਜਿਸ ਭੇਟੀਐ ਮਲ ਜਨਮ ਨਾ, ਕਿਉਂਕਿ ਗੁਰੂ ਦੇ ਚਰਨਾਂ ਦਾ ਆਸਰਾ ਟੇਕ। ਇਹ ਭਾਈ ਦੇਵੀ ਚੰਦ ਨੇ ਲਾਦਾਂ ਦੇ ਸੂਹੇ ਨੇਤਰਾਂ ਵਿੱਚ ਪਰੋ ਦਿੱਤੇ, ਜਦੋਂ ਭੀਮ ਚੰਦ ਰਾਜੇ ਨੇ ਐਲਾਨ ਕਰ ਦਿੱਤਾ ਕਿ ਜਿਸ ਨੇਤਰਾਂ ਨਾਲ ਇਹ ਸਤਿਗੁਰੂ ਦੇ ਦਰਸ਼ਨ ਕਰਦਾ ਰਿਹਾ, ਪਹਾੜ 'ਤੇ ਲੈ ਜਾਵੋ ਇਹਨਾਂ ਨੇਤਰਾਂ ਵਿੱਚ ਗਰਮ ਸੂਹੇ ਪਰੋ ਕੇ ਸੁੱਟ ਦੇਵੋ ਪਹਾੜ 'ਤੇ, ਜਦੋਂ ਮਰ ਜਾਵੇ ਫਿਰ ਸ਼ਹਿਰ ਵਿੱਚ ਲਟਕਾ ਦੇ। ਜਲਾਦ ਲੈ ਕੇ ਉਹ ਵੀ ਵਿਰਾਗ ਵਿੱਚ ਆਏ, ਵਜ਼ੀਰ ਅੱਗੇ ਤੇਰਾ ਹੁਕਮ ਮੰਨਦੇ ਹਾਂ। ਹੁਣ ਰਾਜੇ ਦਾ ਹੁਕਮ, ਕੋਈ ਇੱਛਾ ਕਹਿ ਦੱਸ। ਭਾਈ ਦੇਵੀ ਚੰਦ ਕਹਿਣ ਲੱਗਾ, ਜਦੋਂ ਮੈਂ ਤੁਹਾਨੂੰ ਇਸ਼ਾਰਾ ਕਰਾਂ ਤੁਸੀਂ ਆਪਣਾ ਕੰਮ ਕਰ ਲੈ। ਫਿਰ ਧਿਆਨ ਧਰਿਆ ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬੇ ਕਵਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦਾ, ਜਿਹਨਾਂ ਚਰਨਾਂ ਦੀ ਸੇਵਾ ਕਰਦਾ ਰਿਹਾ। ਰਾਧਾ ਦੇ ਸੂਹੇ ਪਰੋ ਦਿੱਤੇ, ਵੇਖਿਆ ਰਾਤ ਗੁਜ਼ਰੀ, ਰੰਚਕ ਮਾਤਰ ਵੀ ਤਨ ਨੂੰ ਕੋਈ ਖੇਡ ਨਹੀਂ, ਨੇਤਰਾਂ ਨੂੰ ਕੋਈ ਖੇਡ ਨਹੀਂ। ਵੇਖਿਆ ਮੇਰੇ ਮਾਲਕ ਨੇ ਮੈਨੂੰ ਰੱਖ ਲਿਆ ਤਾਂ ਧੀਵਾ ਨਹੀਂ ਲੱਗਣਾ, ਕਿਉਂਕਿ ਉਹ ਮਾਲਕ ਸਮਰੱਥ ਕਰ ਗਿਆ। ਚਰਨ ਕਮਲ ਫਿਰ ਦੇ ਸੰਕਟ ਸਭ ਖੋਵੈ। ਭਾਈ ਗੋਂਦਾ ਕਾਬਲ ਵਿੱਚ ਬੈਠਾ, ਸਤਿਗੁਰੂ ਸੱਤਵੇਂ ਪਾਤਸ਼ਾਹ ਜੀ ਸਿੰਘਾਸਨ 'ਤੇ ਬੈਠੇ ਨੇ, ਸੰਗਤ ਬੈਠੀ, ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਧਿਆਨ ਧਰਿਆ ਮਨ ਰੂਪੀ ਧਿਆਨ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨ ਫੜ ਲਏ। ਫਿਰ ਐਸਾ ਚਰਨਾਂ ਦਾ ਰਸ, ਸਤਿਗੁਰੂ ਕਈ ਘੜੀਆਂ ਸਿੰਘਾਸਨ 'ਤੇ ਬੈਠੇ ਰਹੇ, ਸੰਗਤ ਵੀ ਪ੍ਰਸ਼ਾਦ ਠੰਡਾ ਹੋ ਗਿਆ। ਲਾਂਗਰੀਆਂ ਨੇ ਬੜੀਆਂ ਬੇਨਤੀਆਂ ਕੀਤੀਆਂ, ਪਾਤਸ਼ਾਹ ਬੋਲੇ ਨਹੀਂ ਨੇਤਰ ਮੁੰਦੇ। ਫਿਰ ਜਦੋਂ ਭਾਈ ਗੋਂਦਾ ਜੀ ਨੇ ਚਰਨ ਛੱਡੇ, ਫਿਰ ਸਤਿਗੁਰੂ ਸਿੰਘਾਸਨ ਤੋਂ ਉੱਠੇ, ਫਿਰ ਸਾਰੀ ਵਿਥਿਆ, ਕਿਉਂਕਿ ਚਰਨਾਂ ਦਾ ਰਸ ਤੇ ਆਨੰਦ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨਮਾਨ, ਕਹਿਵੇ ਕੋ ਸੋਭਾ ਦੇਖਾਂ ਕੀ ਪ੍ਰਵਾਨ। ਕਿਉਂਕਿ ਚਰਨਾਂ ਦਾ ਰਸ ਤੇ ਆਨੰਦ ਹੈ, ਸਾਖੇ ਕਹਿਣ ਕਥੋਂ ਤੋਂ ਬਾਅਦ ਆ ਜਿਹਨਾਂ ਨੇ ਚਰਨ ਗੁਰੂ ਦੇ ਪਾਸੇ ਪਾਤਸ਼ਾਹ ਤਾਂ ਪਹੁੰਚਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਸੁਖਮਨੀ ਸੁੱਖਾਂ ਦੀ ਮਣੀ ਪਾਵਨ ਬਾਣੀ ਵਿੱਚ ਪਿਆਰਿਓ, ਚਰਨ ਸਾਧ ਕੇ ਧੋਏ ਧੋਏ ਪੀਓ, ਅਲਪ ਸਾਧ ਕੋ ਆਪਣਾ ਜੀ, ਸਾਧ ਕੀ ਧੂਰ ਕਰੋ ਇਸ਼ਨਾ, ਸਾਧ ਉੱਪਰ ਜਾਈਏ ਕੋਈ, ਸਾਧ ਸੇਵਾ ਵੱਡ ਭਾਗੀ ਪਾਈ, ਸਾਧ ਸੰਗ ਫਦ ਕੀਰਤਨ ਗਾਈ, ਕਿਉਂਕਿ ਸਾਧੂ ਦਾ ਸੰਗ ਕਰਕੇ ਕੀਰਤੀ ਨੂੰ ਗਾਵੋਂਗੇ ਵੱਡਾ ਪਾਈ। ਇਹ ਸੈਣ ਨਾਈ ਭਗਤ ਹੈ ਪਰਮੇਸ਼ਰ, ਆਏ ਸੰਤ ਪਰਹੁਣੇ ਕੀਰਤਨ ਹੋਵਾ ਰਹਿਣ ਸਵਾਈ, ਰੱਬ ਦੇ ਜਨ ਆ ਮੰਡਲੀ ਸੰਤਾਂ, ਘਰ ਵਿੱਚ ਆਈ ਬੜੀ ਸੇਵਾ ਟਹਿਲ ਕੀਤੀ,
ਵੀ ਰੱਬ ਦੇ ਜਨਾਂ ਨੇ ਗੁਣ ਗਾਏ ਮੇਰੇ ਵਾਹੇ ਗੁਰੂ ਗੁਰੂ ਨਾਨਕ। ਭਾਈ ਸੈਣ ਜੀ, ਭਗਤ ਜੀ ਵੀ ਜੁੜ ਗਏ। ਅੱਗੇ ਜਾਂਦੇ ਸੀ ਰੱਥ ਰਾਜੇ ਦੇ ਮੁੱਠੀ ਚਾਪੀ ਕੇ, ਭੁੱਲ ਗਏ ਕਿਉਂਕਿ ਗੁਰੂ ਨਾਨਕ ਦੇ ਘਰ ਦੀ ਮੇਰੇ ਵਾਂਗੇ ਗੁਰੂ ਦੇ ਘਰ ਦੀ ਕੀਰਤੀ ਸੰਗਤ ਐਸੀ ਹੈ ਕਿ ਸੰਗਤ ਕਰਿਆ ਸਭ ਕੁਝ ਭੁੱਲ ਜਾਂਦਾ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਦੇ। ਸੰਗਤ ਕਰਨੀ ਉਹ ਹੈ ਚੰਗੀ ਜਿੱਥੇ ਆਵੇ ਯਾਦ ਪਿਆਰਾ, ਬੁੱਧੀ ਬਿਰਤੀ ਜੁੜ ਜੇ, ਦੁਨੀਆਂ ਭੁੱਲ ਜੇ, ਉੱਥੇ ਜੀਵਨ ਸਫਲ ਹੋਵੇ। ਐਸਾ ਰਸ ਤੇ ਆਨੰਦ ਭੁੱਲ ਗਏ। ਜਦੋਂ ਮਹਾਤਮਾ ਸਾਧੂਆਂ ਦੀ ਮੰਡਲੀ ਘਰੋਂ ਗਈ, ਵਿਦਿਆ ਹੋਈ, ਫਿਰ ਯਾਦ ਆਇਆ ਰਾਧੇ ਦੇ ਜਾਣਾ। ਬਾਹੋ ਦਾਹੀ ਭੱਜੇ ਦੌੜੇ ਪਹੁੰਚੇ ਦਰਬਾਰ। ਦਰਬਾਰ ਵਿੱਚ ਗਏ, ਰਾਜਾ ਕਹਿਣ ਲੱਗਾ, ਭੱਟ ਜੀ ਤੁਸੀਂ ਹੁਣੇ ਗਈ ਸੀ, ਫਿਰ ਆ ਗਏ। ਤੁਸੀਂ ਤਾਂ ਐਸੀ ਮੁੱਠੀ ਚਾਪੀ ਕੀਤੀ ਮਾਨੋ ਮੇਰੇ ਜਨਮਾਂ ਦੇ ਰੋਗ ਕੱਟੇ ਗਏ। ਭੱਤ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਆਇਆ ਹੀ ਨਹੀਂ, ਮਹਾਤਮਾ ਘਰ ਵਿੱਚ ਹੀ ਆ ਗਏ ਸੀ। ਹਰੀ ਦਾ ਕੀਰਤਨ ਹੋਇਆ, ਮੈਂ ਭੁੱਲ ਗਿਆ, ਖਿਮਾ ਮੰਗਦਾ। ਰਾਜੇ ਦੀ ਕਵਾਏ ਖੋਲ੍ਹ ਕੇ ਪਹਿਨਾ ਦਿੱਤੀ, ਬੜਾ ਪ੍ਰਸੰਨ ਰਹਿੰਦਾ। ਕਹਿੰਦਾ ਤੁਸੀਂ ਹੁਣੇ ਗਏ ਸੀ, ਮੈਂ ਸੱਚ ਕਹਿੰਦਾ। ਭੱਤ ਜੀ ਜਾਣ ਗਏ, ਮੇਰੇ ਚੋਜੀ ਪ੍ਰੀਤਮ ਨੇ ਖੇਡ ਰਚਿਆ, ਆਪ ਤਰਲੋਕੀ ਦਾ ਮਾਲਕ ਮੇਰਾ ਰੂਪ ਧਾਰ ਕੇ ਆਇਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਆਪ ਆਉਂਦਾ ਕਾਰਜ ਕਰ ਮੇਰਾ ਵਾਂਗੇ ਗੁਰੂ ਤਰਲੋਕੀ ਦਾ ਮਾਲਕ ਆਪਣੇ ਜਨਾ ਭਗਤਾਂ ਦੇ। ਜੋ ਪਾਤਸ਼ਾਹ ਪਾਵਨ ਵਚਨ ਕਹਿੰਦੇ ਨੇ ਉਹ ਪਿਆਰਾ ਹੈ ਭਗਤਾਂ ਦਾ। ਗੁਰ ਚਰਨ ਸਰੇਵਤ ਦੁੱਖ ਗਿਆ, ਪਾਰ ਬ੍ਰਹਮ ਪ੍ਰਭ ਕਰੀਬ ਆਇਆ। ਗੁਰੂ ਦੇ ਚਰਨ ਸੇਵਿਆਂ ਸਾਡਾ ਜਨਵਾਦੀ ਦੁੱਖ ਨਿਵਰਤ ਹੋ। ਇਹ ਪਾਰ ਬ੍ਰਹਮ ਪਰਮੇਸ਼ੁਰ ਦੀ ਕਿਰਪਾ। ਸਰਬ ਮਨੋਰਥ ਪੂਰਨ ਕਾਮ, ਜਪ ਜੀਵੈ ਨਾਨਕ ਰਾਮ ਨਾਮ। ਚਰਨ ਸੇਵਿਆਂ ਸਾਰੇ ਕਾਰਜਾਂ ਦੇ ਮਨੋਰਥ ਪੂਰਨ ਹੋ ਗਏ। ਅਸੀਂ ਰਾਮ ਨਾਮ ਨੂੰ ਜਪ ਕੇ ਜਿਉਂਦੇ ਹਾਂ, ਅੱਖਾਂ ਜੀਵਾਂ ਵਿਸਰੈ ਮਰਦਾ। ਸਾਲੁਤ ਸੁਹਾਵੀ ਜਿਤ ਹਰ ਚਿਤ ਆਵੈ, ਬਿਨ ਸਤਗੁਰ ਦੀਸੈ ਬਿਲ ਲਾਂਤੀ, ਸਾਕਤ ਫਿਰ ਫਿਰ ਆਵੈ ਜਾਵੈ। ਭਾਈ ਸੋਈ ਰੁੱਤ ਸੋ ਬਨੀਕ, ਜਿਸ ਵਿਖੇ ਹਰੀ ਵਾਹਿਗੁਰੂ ਚਿੰਤ ਯਾਦ ਵਿੱਚ ਆ ਗਿਆ। ਸਤਿਗੁਰੂ ਤੋਂ ਬਿਨਾਂ ਸਾਰੀ ਸੇਟੀ ਵਰਲਾਭ ਕਰਦੀ ਰੇਟੀ ਆਉਂਦੀ, ਮਨਮੁਖ ਜੀਓ ਵਾਂਗ ਵਾਰ ਗਲਬ ਜੋਨੀਆਂ ਵਿੱਚ ਆਉਂਦਾ ਜਾਂਦਾ। ਬੇਨਤੀ ਕੀਤੀ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰੂ ਚ ਕਿਆ ਲਾਭ ਹੁੰਦਾ, ਕੈਸੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਪਾਤਸ਼ਾਹ ਫਰਮਾਉਂਦੇ। ਸੇ ਧਨਵੰਤ ਜਿਨ ਹਰ ਪ੍ਰਭ ਰਾਸ, ਕਾਮ ਕ੍ਰੋਧ ਗੁਰ ਸ਼ਬਦ ਨਾਸ। ਉਹੀ ਪੁਰਸ਼ ਧਰੀ ਤਨਾੜ, ਜਿਨ੍ਹਾਂ ਦੇ ਪਾਸ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ।
ਬੜੇ ਧਨਾੜ ਵੱਡੇ ਸ਼ਾਹੂਕਾਰ ਧਨਾੜ ਨੇ ਜਿਨ੍ਹਾਂ ਦੇ ਘਰ ਸੱਚੇ ਨਾਮ ਦਾ ਧਨ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਇਹ ਆਏ ਸਫਲ ਤਿੰਨਾਂ ਕੇ ਕੰਮ। ਪ੍ਰਵਾਨ ਹੋ ਕੇ ਆਏ ਨੇ ਸਾਰੇ ਕੰਮ ਉਹਨਾਂ ਦੇ ਸਫਲ। ਬੜੇ ਧਨਾੜ ਨੇ ਵੱਡੇ ਸ਼ਾਹੂਕਾਰ ਪਾਤਸ਼ਾਹ ਪਾਵਨ ਵਚਨ ਕਹਿੰਦੇ ਨੇ ਸੱਚੀ ਪੂੰਜੀ ਨਾਮ ਦੀ ਪੱਲੇ। ਕਾਮ ਕ੍ਰੋਧ ਗੁਰ ਸ਼ਬਦ ਨਾਸ, ਗੁਰੂ ਦੇ ਉਪਦੇਸ਼ ਕਰਕੇ ਤਿੰਨਾਂ ਦਾ ਕਾਮ ਕ੍ਰੋਧ ਵੀ ਨਸ਼ਟ ਹੋ ਗਿਆ। ਭੈ ਬਿਨ ਸੇਨ ਭੈ ਪਦ ਪਾਇਆ, ਗੁਰ ਮਿਲ ਨਾਨਕ ਖਸਮ ਆਇਆ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਖਸਮ, ਕੌਣ ਹੈ ਆਪਣਾ ਖਸਮ, ਵਾਹੀ ਗੁਰੂ ਨਿਰੰਕਾਰ। ਇਹ ਜਗਤ ਸੰਸਾਰ ਪਿਆਰੇ ਇਸਤਰੀ ਦੀ ਨਿਆਈ ਪੁਰਖ ਇੱਕ ਪਰਮਾਤਮਾ ਵਾਹਿਗੁਰੂ। ਇਸ ਜਗ ਮੈਂ ਏਕ ਪੁਰਖ ਹੈ ਹੋਰ ਸਗਲੀ ਨਾਦ ਸੁਭਾਇਆ, ਜੋ ਪਾਤਸ਼ਾਹ ਫਰਮਾਉਂਦੇ ਨੇ ਭੈ ਬਿਨ ਸੇ ਨਿਰਭੈ ਪਦ ਪਾਇਆ, ਗੁਰ ਮਿਲ ਨਾਨਕ ਖਸਮ ਧਿਆਇਆ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਵਾਹੀ ਗੁਰੂ ਨੂੰ ਧਿਆਇਆ, ਜਨਵਾਦੀ ਭੈ ਤਿੰਨਾਂ ਦੀ ਨਸ਼ਟ, ਨਿਰਭੈ ਪਦ ਤਿੰਨਾਂ ਨੇ ਪਾਇਆ। ਸਾਧ ਸੰਗਤ ਪ੍ਰਭ ਕੀਓ ਵਾਸ, ਹਰ ਜਪ ਜਪ ਹੋਈ ਪੂਰਨ ਆਸ। ਸਾਧ ਸੰਗਤ ਵਿੱਚ ਪ੍ਰਭੂ ਨੇ ਸਾਡਾ ਨਿਵਾਸ ਕੀਤਾ, ਵਾਹਿਗੁਰੂ ਨੂੰ ਮਨ ਬਾਣੀ ਕਰਕੇ ਜਪ ਕੇ ਆਸਾ ਪੂਰਨ ਹੋ ਗਏ। ਜਲ ਥਲ ਮਹੀਅਦ ਰਵ ਰਹਿਆ, ਗੁਰ ਮਿਲ ਨਾਨਕ ਹਰ ਹਰ ਕਹਿਆ। ਜੋ ਜਲ ਥਲ ਪ੍ਰਿਥਵੀ ਆਕਾਸ਼ ਵਿੱਚ ਵਿਆਪਕ ਹੋ ਰਿਹਾ, ਗੁਰੂ ਨੂੰ ਮਿਲ ਕੇ ਤੇ ਸਵਾਂਗੇ ਗੁਰੂ ਦੇ ਨਾਮ ਨੂੰ ਹਰ ਪ੍ਰਕਾਰ ਜਪਿਆ ਉਚਾਰਨ ਕੀਤਾ। ਅਲਟ ਸਿਧ ਨਾਮ ਨਿਧ ਕਰਮ ਪਰਾਮਤ ਜਿਸ ਨਾਮ ਦੇ, ਨਾਮ ਦੀ ਪ੍ਰਾਪਤੀ ਗੁਰੂ ਜਿਸ ਨੂੰ ਕਿਰਪਾ ਕੇ ਦੇਵੇ ਬਖਸ਼ਿਸ਼ ਕਰੇ ਨੂੰ ਅਸ਼ਟ ਸਿੱਧੀਆਂ ਅਣਮਾਤ ਨੌ ਨਿਧੀਆਂ, ਇਹ ਨਾਮ ਹੀ ਹੈ ਪਿਆਰੇ। ਇਸ ਤਰ੍ਹਾਂ ਬੇਨਤੀ ਕਰਦੇ ਨੇ ਸਤਿਗੁਰੂ ਪਾਤਸ਼ਾਹ ਅੱਗੇ, ਪ੍ਰਭ ਜਪ ਜਪ ਜੀਵ ਤੇਰੇ ਦਾਸ, ਗੁਰ ਮਿਲ ਨਾਨਕ ਕਮਲ ਪਰਗਾਸ। ਹੇ ਮੇਰੇ ਵਾਹਿਗੁਰੂ ਆਪ ਦੇ ਦਾਸ ਤੇਰੇ ਨਾਮ ਜਪ ਜਪ ਕੇ ਜਿਉਂਦੇ ਨੇ, ਗੁਰੂ ਨੂੰ ਮਿਲ ਕੇ ਤਿੰਨਾਂ ਦਾ ਹਿਰਦਾ ਕਮਲ ਪ੍ਰਫੁੱਲਤ ਹੋਇਆ। ਬਸੰਤ ਮਹਲਾ ਪੰਜੋ, ਘਰ ਪਹਿਲਾ ਇੱਕ ਤੁਕ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁਨੀਆ, ਪ੍ਰਭ ਮੇਲੇ ਚਿਰੀਵ ਸੁਨਿਓ। ਹੇ ਭਾਈ ਵਾਹਿਗੁਰੂ ਨੂੰ ਜਪ ਕੇ ਸਭ ਇੱਛਾ ਸਾਡੀਆਂ ਪੂਰੀਆਂ ਹੋ। ਪ੍ਰਭੂ ਨੇ ਬਹੁਤ ਕਾਲ ਦੇ ਵਿਛੜਿਆ ਹੋਇਆਂ ਨੂੰ ਬੁਲਾਇਆ, ਵਿਛੜਿਆ ਮੇਲੇ ਪ੍ਰਭੂ ਹਰਦਨਗੇ ਕਾਬਾ ਸੀਠ, ਵਿਛੜਿਆ ਨੂੰ ਮੇਰਾ ਵਾਹਿਗੁਰੂ ਗੁਰੂ ਨਾਨਕ ਮਿਲਾਉਂਦਾ, ਕਿਉਂਕਿ ਜਿਨ੍ਹਾਂ ਨੇ ਪਿਆਰੀ ਉਹ ਜਪਿਆ ਉਹਨਾਂ ਦੀਆਂ ਇੱਛਾ ਸਤਿਗੁਰੂ ਪੂਰੀਆਂ ਕਰਦੇ ਨੇ। ਉਹ ਮਾਲਕ ਵੱਡਾ ਸਮਰੱਥ, ਸਾਈ ਵਸਤ ਪ੍ਰਾਪਤ ਹੋਈ ਜੇ ਸੇਤੀ ਮਨ ਲਾਇਆ ਉਹ ਮਿਲਦੀ, ਜੇ ਜਪਾਂਗੇ ਉਸਦੀ ਯਾਦ ਵਿੱਚ ਜੁੜਾਂਗੇ।
ਤੁਮ ਰਵੋ ਗੋਬਿੰਦ ਰਵਣ ਜੋਗ, ਜਿਤ ਰਵੈ ਸੁਖ ਸਹਿਜ ਭੋਗ। ਇਹ ਪਿਆਰੀ ਜਪਣੇ ਜੋ ਗੋਬਿੰਦ ਨੂੰ ਤੁਸੀਂ ਜਪੋ, ਜਿਤ ਜਪਿਆ ਆਤਮ ਸੁਖ ਭੋਗੀ ਦਾ, ਬੜੀਆਂ ਬਖਸ਼ਿਸ਼ਾਂ ਹੁੰਦੀਆਂ। ਕਰ ਕਿਰਪਾ ਨਜ਼ਰ ਨਿਹਾਲਿਓ, ਆਪਣਾ ਦਾਸ ਆਪ ਸੰਭਾਲਿਓ। ਕਿਰਪਾ ਦੀ ਨਜ਼ਰ ਕਰਕੇ ਮੈਂ ਦਾਸ ਨੂੰ ਖਰੀ ਨੇ ਦੇਖੀ, ਖਰੀ ਨੇ ਮਿਹਰ ਦੀ ਨਜ਼ਰ ਨਾਲ ਦੇਖਿਆ, ਤਬ ਉਹਨੇ ਆਪਣੇ ਦਾਸ ਨੂੰ ਆਪ ਸੰਭਾਲ ਲਿਆ। ਸੇਜ ਸੁਹਾਵੀ ਰਸ ਬਣੀ, ਆਏ ਮੇਰੇ ਪ੍ਰਭ ਸੁਖ ਧਨੀ। ਹਿਰਦਾ ਰੂਪ ਸੇਜਾ ਸਾਡੀ ਪ੍ਰੇਮ ਕਰਕੇ ਸੁਹਾਵਣੀ ਬਣੀ, ਹਿਰਦਾ ਸੁਖ ਫਿਰ ਵਾਂਗੀ ਗੁਰੂ ਦੀ ਪ੍ਰਾਪਤੀ, ਸੁੱਖਾਂ ਦੇ ਮਾਲਕ ਮੇਰੇ ਵਾਂਗੀ ਗੁਰੂ, ਗੁਰੂ ਨਾਨਕ ਮੈਨੂੰ ਆਨ ਮਿਲਿਆ। ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾਰਿਆ। ਜਦੋਂ ਪਿਆਰੀ ਉਹ ਮੇਰਾ ਵਾਂਗੀ ਗੁਰੂ ਗੁਰੂ ਨਾਨਕ ਤਾਰ ਉੱਤੇ ਆਵੇ, ਫਿਰ ਗੁਣ ਅਵਗੁਣ ਨਹੀਂ ਵਿਚਾਰਿਆ। ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਰੱਬ ਨਾਨਕ ਚਰਨ ਪੂਜਾ ਰਹੇ ਆ, ਮੇਰੇ ਵਾਕੇ ਗੁਰੂ ਗੁਰੂ ਨਾਨਕ ਨੇ ਮੇਰਾ ਗੁਣ ਔਗੁਣ ਕੁਝ ਨਾ ਵਿਚਾਰਿਆ, ਕੋਈ ਵਿਚਾਰ ਨਹੀਂ ਕੀਤਾ ਕਿ ਗੁਣਾਂ ਵਾਲਾ ਕਿ ਔਗੁਣਾਂ ਵਾਲਾ। ਜਦੋਂ ਤਾਰ ਉੱਤੇ ਆਇਆ, ਅਨੇਕ ਪ੍ਰਭੂ ਦੇ ਚਰਨਾਂ ਨੂੰ ਪੂਜਿਆ, ਚਰਨਾਂ ਦਾ ਆਸਰਾ ਲਿਆ, ਟੇਕ ਲਈ, ਜਪ ਦੇਖਾਂ ਇੱਕ ਨੂੰ, ਧਿਆਨ ਇੱਕ ਦਾ, ਸ਼ਰਨ ਇੱਕ ਦੀ ਹੈ। ਫਿਰ ਪਿਆਰੀਓ ਇੱਕ ਮੇਰਾ ਵਾਂਗੀ ਗੁਰੂ ਰੱਖਦਾ ਵੀ ਨੇ ਟੇਕ ਛੰਡ ਲੈ ਲਈ, ਉਹ ਮਾਲਕ ਸਦਨ ਸੂਰਾ ਵੱਡਾ ਸਮਰੱਥ ਆਦਿ ਤੋਂ ਰੱਖਦਾ ਆ ਅੱਜ ਦਾ ਨਹੀਂ। ਆਦਿ ਜੁਗਾਦ ਭਗਤਨ ਕਾ ਰੱਖ, ਉਸਤਤ ਕਰ ਕਰ ਜੀਵਾਂ, ਨਾਨਕ ਨਾਮ ਮਹਾਰਸ ਅਨ ਦਿਨ ਮਨ ਤਨ ਪੀਵਾ। ਬਸੰਤ ਮਹਲਾ ਪੰਜੋ, ਕਿਲ ਵਿਖ ਬਿਨ ਸੇ ਗਾਏ ਗੁਣਾ, ਅਨ ਦਿਨ ਉਪਜੀ ਸਹਿਜ ਧੁਨਾ। ਪਾਤਸ਼ਾਹ ਫਰਮਾਉਂਦੇ ਨੇ ਸਾਡੇ ਪਾਪ ਵਾਂਗੇ ਗੁਰੂ ਦੇ ਗੁਣ ਗਾਇਆ, ਕਿਲ ਵਿਖ ਬਿਨ ਸੇ ਗਾਏ ਗੁਣਾ, ਗੁਣ ਗਾਇਆ ਪਰਮੇਸ਼ਵਰ ਦੇ, ਸਾਰੇ ਪਾਪ ਨਸ਼ਟ ਹੋ ਗਏ, ਨਾਸ ਹੋ ਗਏ। ਕਿਲ ਵਿਖ ਬਿਨ ਸੇ ਗਾਏ ਗੁਣਾ, ਕਿਉਂਕਿ ਗੁਣ ਗਾਉਂਦੇ ਆ ਪਾਪ ਨਾਸ ਹੋ ਜਾਂਦੇ ਨੇ। ਪਿਆਰੇ ਅੰਨ ਦਿਨ ਉਪਜੀ ਸਹਿਜ ਧੁਨਾ, ਦਿਨ ਤੇ ਰਾਤ ਸੁਭਾਵ ਨਾਮ ਦੀ ਧੁਨੀ ਮੇਰੇ ਮਨ ਵਿੱਚ ਪ੍ਰਗਟ ਹੋ ਗਈ, ਇਹ ਬਖਸ਼ਿਸ਼ਾਂ ਹੋਈਆਂ। ਮਨ ਮੋਲਿਓ ਹਰ ਚਰਨ ਸੰਗ, ਕਰ ਕਿਰਪਾ ਸਾਧੂ ਜਨ ਭੇਟ, ਨਿਤ ਰਾਤੋਂ ਹਰ ਨਾਮ ਰੰਗ। ਸਾਡਾ ਮਨ ਵਾਹਿਗੁਰੂ ਦੇ ਚਰਨਾਂ ਸੰਗ ਮਿਲਿਆ, ਕਿਉਂਕਿ ਜਬ ਮੇਰੇ ਵਾਹਿਗੁਰੂ ਗੁਰੂ ਨਾਨਕ ਨੇ ਕਿਰਪਾ ਕੀਤੀ, ਤਬ ਸਾਧੂ ਜਨ ਦਾ ਪ੍ਰਤੀ ਮਿਲੇ ਨੇ, ਸੰਗ ਹੋਇਆ ਰੱਬ ਦੇ ਜਨਾਂ ਪਿਆਰਿਆਂ ਦਾ। ਸਾਡਾ ਮਨ ਨਾਮ ਦੇ ਪ੍ਰੇਮ ਵਿੱਚ ਦਿੱਤਿਆ, ਜੋ ਰਾਤੇ ਰੰਗ ਏਕ ਕਹਿ ਨਾਨਕ, ਗੂੜਾ ਰੰਗ ਫਿਰ ਗੂੜਾ ਰੰਗ ਨਾਮ ਦਾ ਚੜਿਆ।
ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਕਿਰਪਾ ਕਰਕੇ ਮੇਰੇ ਵਾਂਗੇ ਗੁਰੂ ਗੋਪਾਲ ਸਾਡੇ ਹਿਰਦੇ ਘਰ ਵਿੱਚ ਪ੍ਰਗਟ ਹੋਏ ਦੀਨ ਬੰਦੋ ਦੀਨ ਦਿਆਲ ਮੇਰੇ ਵਾਂਗੇ ਗੁਰੂ ਗੁਰੂ ਨਾਨਕ ਨੇ ਆਪਣੇ ਚਰਨਾਂ ਨੂੰ ਪੱਲੇ ਵਿੱਚ ਲਾ ਲਿਆ ਆਪਣੇ ਸੇਵਕਾਂ ਨੂੰ ਆਪ ਉਧਾਰ ਲਿਆ ਲੜ ਲਾਏ ਉਧਾਰੇ ਦੀਨ ਦਿਆਲ ਕਿਉਂਕਿ ਬੜਾ ਦੀਨ ਬੰਧੂ ਦੀਨ ਦਿਆਲ ਮੇਰਾ ਵਾਹੀ ਗੁਰੂ ਗੁਰੂ ਨਾਨਕ ਗਰੀਬ ਨਵਾਜ ਗੁਸਈਆ ਮਾਥੈ ਛਤਰ ਧਰੈ ਗਰੀਬ ਨਵਾਜ ਮਾਲਕ ਹੈ ਇਹੋ ਮਨ ਹੋਆ ਸਾਧ ਦੂਰ ਨਿਤ ਦੇਖੈ ਸੁਆਮੀ ਹਜੂਰ ਇਹ ਮਨ ਸਾਧੂ ਦੇ ਚਰਨਾਂ ਦੀ ਧੂੜ ਬੜਾ ਨਿਮਾਣਤਾ ਨਿਮਰਤਾ ਵਿੱਚ ਨਿਤ ਸੁਆਮੀ ਵਾਹਿਗੁਰੂ ਨੂੰ ਆਪਣੇ ਸਮੀਪ ਦੇਖਦਾ ਹੈ ਕਿ ਮੇਰਾ ਮਾਲਕ ਮੇਰਾ ਗੁਰੂ ਨਾਨਕ ਹਾਜ਼ਰਾ ਹਜੂਰ ਹੈ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਪਾਤਸ਼ਾਹ ਪਰਮਾਉਂਦੇ ਨੇ ਕਾਮ ਤੇ ਕ੍ਰੋਧ ਤ੍ਰਿਸ਼ਨਾ ਸਭ ਨਿਵਿਰਤ ਹੋ ਗਏ ਸਾਡੇ ਪਰ ਪ੍ਰਭੂ ਦੀ ਕਿਰਪਾ ਕਿਉਂਕਿ ਬਖਸ਼ਿਸ਼ਾਂ ਹੋਈਆਂ ਜਿਹਨਾਂ 'ਤੇ ਮਿਹਰ ਗੁਰੂ ਨਾਨਕ ਇਹ ਵਿਕਾਰ ਉੱਥੇ ਠਹਿਰ ਨਹੀਂ ਸਕਦੇ ਪਿਆਰਿਆਂ ਕਾਮ ਕਰੋ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਾਈ ਜਿਹਨਾਂ 'ਤੇ ਕਿਰਪਾ ਉੱਥੇ ਵਿਕਾਰਾਂ ਨੂੰ ਗੁਜਾਇਸ਼ ਨਹੀਂ ਕਿਉਂਕਿ ਬਖਸ਼ਿਸ਼ਾਂ ਗੁਰੂ ਨਾਨਕ ਦੀਆਂ ਹੋਈਆਂ ਬਸੰਤ ਮਹੱਲਾ ਪੰਜੋ ਰੋਗ ਮਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਘਰ ਤਾਪ ਪਾਤਸ਼ਾਹ ਫਰਮਾਉਂਦੇ ਮੇਰੇ ਵਾਂਗੇ ਗੁਰੂ ਗੁਰੂ ਨਾਨਕ ਨੇ ਸਰਬ ਰੋਗ ਸਾਡੇ ਮਿਟਾ ਦਿੱਤੇ ਉਹ ਮਾਲਕ ਉਹ ਬਾਲਕਾਂ ਨੂੰ ਆਪਣੇ ਹੱਥਾਂ ਕਰਕੇ ਥਾਪ ਰੱਖੀ ਕਿਉਂਕਿ ਆਪਾਂ ਪਿਆਰੀ ਉਹ ਬਾਲਕੇ ਖਾਂ ਮੇਰੇ ਵਾਂਗੇ ਗੁਰੂ ਗੁਰੂ ਨਾਨਕ ਦੇ ਉਹ ਆਪਣਾ ਮਾਤਾ ਪਿਤਾ ਯਾਨੀ ਬਾਲਕ ਖਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਉਸ ਬਾਲਕ ਅੱਗੇ ਬੇਨਤੀ ਅਰਜੋਈ ਸਤਿਗੁਰੂ ਸੋਈ ਕਰਾਏ ਜੋ ਤੁਧ ਪਾਵਾ ਮੋਹੇ ਸਿਆਣਪ ਕਛੂ ਨਾ ਆਵੈ ਹਮ ਬਾਲਕ ਤੋ ਸਰਣਾਈ ਪ੍ਰਭ ਆਪੇ ਪੈ ਜਾਏ ਅਸੀਂ ਤਾਂ ਤੇਰੇ ਬਾਲਕੇ ਹਾਂ ਅਯਾਣੇ ਖਾਂ ਤੇਰੀ ਸ਼ਰਨ ਵਿੱਚ ਆਏ ਖਾਂ ਤੂੰ ਬਾਲ ਦੀਨ ਦੁਨੀਆ ਦਾ ਅਲਪੱਗ ਖਾਂ ਕੋਈ ਮਤ ਕੋਈ ਗਿਆਨ ਸੋਈ ਕਰਾਏ ਜੋ ਤੁਧ ਪਾਵਾ ਮੋਹੇ ਸਿਆਣਪ ਕਛੂ ਨਾ ਆਵੈ ਕਿਉਂਕਿ ਤੂੰ ਬਾਲਕ ਹੈ ਦੀਨ ਬਣੀਆ ਦੀਨ ਬੰਧੂ ਦੀਨ ਦਿਆਲ ਕਹਿ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਆਇਆ ਤੇਰੇ ਭਰੋਸੇ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਕਿਉਂਕਿ ਭਰੋਸਾ ਪ੍ਰਤੀਕ ਕਹਿ ਕੇ ਮੇਰਾ ਮਾਲਕ ਵੱਡਾ ਰੱਖ ਲਵੇਗਾ ਪਿਆਰੀ ਉਹ ਫਿਰ ਰੱਖਦਾ ਵੀ ਜਦੋਂ ਮਾਣ ਹੈ ਭਰੋਸਾ ਹੈ ਪ੍ਰਤੀਤ ਹੈ ਆਪਣੇ ਗੁਰੂ ਮੁਰਸ਼ਦ ਸਮਰੱਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਸਤਿਗੁਰੂ ਰੱਖ ਰਹੇ ਰੋਗ ਮਿਟਾਏ ਪ੍ਰਭੂ ਆਪ ਆਪ ਮਿਟਾਉਂਦੇ ਬਾਲਕ ਰਾਖੇ ਆਪਣੇ ਕਰਤਾ
ਪਾਲਕਾਂ ਨੂੰ ਹੱਥਾਂ ਕਰਕੇ ਥਾਪ ਰੱਖਿਆ ਆਪ ਰੱਖਾ ਹੈ ਮਾਂ। ਸ਼ਾਂਤ ਸਹਿਜ ਗ੍ਰਹਿ ਸਦ ਵਸੰਤੋ, ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਘਰ ਘਰ ਮੰਦੋ। ਹੇ ਨਿਤ ਰੂਪ ਮੇਰੇ ਪਰਮੇਸ਼ਰ ਮੇਰੇ ਗੁਰੂ ਨਾਨਕ, ਤੁਹਾਰੇ ਭਾਵ ਗ੍ਰਹਿ ਹਿਰਦੇ ਵਿੱਚ ਵਸਿਆ, ਇਹ ਸਾਨੂੰ ਸੁਭਾਵਿਕ ਸ਼ਾਂਤੀ। ਜਬ ਪੂਰੇ ਗੁਰੂ ਦੀ ਸ਼ਰਨ ਵਿੱਚ ਆਏ, ਸਮਰੱਥ ਗੁਰੂ ਦੀ ਸ਼ਰਨ ਲਈ, ਤਬ ਹੇ ਮੇਰੇ ਗੁਰੂ ਨਾਨਕ ਹਰ ਪ੍ਰਕਾਰ ਤੇਰੇ ਨਾਮ ਮੰਤਰ ਦੁਜੇ ਕਲਿਆਣ ਰੂਪ ਹੋ ਗਏ। ਸੋਗ ਸੰਤਾਪ ਕਟੇ ਪ੍ਰਭ ਆਪ, ਗੁਰ ਆਪਣੇ ਕੋ ਨਿਤ ਨਿਤ ਜਾਪ। ਕੀ ਵਾਹਿਗੁਰੂ ਆਪਣੇ ਹਮਾਰੇ ਸੋਗ ਸੰਤਾਪ ਸਭ ਕੱਟ ਦਿੱਤੇ। ਤੁਸੀਂ ਆਪਣੇ ਗੁਰੂ ਨੂੰ ਨਿਤਾ ਪ੍ਰਤੀ ਜਪਦੇ, ਆਪਣਾ ਗੁਰੂ ਤੇ ਆਏ ਬਿਲ ਕੁਸਲ ਸਥਿਤੀ ਕਰੀ ਆਏ। ਜੋ ਜਨ ਤੇਰਾ ਜਪੇ ਨਾਉ, ਸਭ ਫਲ ਪਾਏ ਨਹਿਚਲ ਗੁਣ ਗਾਓ। ਹੇ ਮੇਰੇ ਗੁਰੂ ਨਾਨਕ, ਜੋ ਪੁਰਸ਼ ਜਗਿਆਸੂ ਜਨ ਤੇਰਾ ਨਾਮ ਜਪਦਾ, ਨਿਤ ਦਾ ਨੇਮੀ ਤੇਰੀ ਯਾਦ ਵਿੱਚ ਜੁੜਦਾ ਹੈ, ਮੇਰੇ ਸਤਿਗੁਰੂ ਗਰੀਬ ਨਿਵਾਜ ਤੇਰੇ ਗੁਣਾਂ ਨੂੰ ਗਾਉਂਦਾ, ਐਸਾ ਫਲ ਮਿਲਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਜੋ ਜਨ ਤੇਰਾ ਜਪੇ ਨਾਉ ਸਭ ਫਲ ਪਾਏ, ਇੱਕ ਫਲ ਦੀ ਸਾਰੇ ਫਲ, ਨਿਹਚਲ ਗੁਣ ਗਾ, ਸਾਰੇ ਫਲ ਪਾ ਕੇ ਨਿਹਚਲ ਹੋ ਗਿਆ, ਨਿਹਚਲਾਏ ਮਾਂ ਸਦਾ ਸਥਿਤ, ਜਨਮ ਤੇ ਮਰਨ ਵਿੱਚ ਨਹੀਂ ਆਉਂਦਾ ਪਿਆ। ਜੋ ਗੁਣ ਗਾਉਂਦਾ ਹੈ ਮੇਰੇ ਗੁਰੂ ਨਾਨਕ ਦੇ ਨਾਮ ਨੂੰ ਜਪਦਾ, ਨਾਨਕ ਭਗਤਾਂ ਭਲੀ ਸੁਖਦਾਤਾ ਜਪਦੇ ਨੀਤ ਨੀਤ। ਨਾਨਕ ਭਗਤਾਂ ਭਲੀ, ਭਗਤਾਂ ਦੀ ਭਲੀ ਰੀਤੀ ਹੈ ਪਿਆਰਿਆ, ਕਿਉਂਕਿ ਹੇ ਸੁੱਖਾਂ ਦੇ ਦਾਤੇ ਮੇਰੇ ਗੁਰੂ ਨਾਨਕ, ਤੇਰੇ ਨਾਮ ਨੂੰ ਸਦੀਵੀ ਜਪਦੇ ਰਹੇ, ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਉਹ ਤੇਰੀ ਰਜਾ ਵਿੱਚ ਜੁੜੇ ਰਹਿੰਦੇ ਨੇ, ਜਪਦੇ ਨੇ ਤੈਨੂੰ, ਤੇਰੇ ਹੁਕਮ ਨੂੰ ਮੰਨਦੇ ਨੇ, ਤੇਰੇ ਭਾਣੇ ਵਿੱਚ ਤਤਪਰ ਰਹਿੰਦੇ ਨੇ। ਸੋ ਕਰੇ ਜੇ ਤੁਸੀਂ ਰਜਾਏ ਤੇਰੀ ਰਜਾ ਤੇਰੀ ਪ੍ਰਸੰਨਤਾ, ਉਸ ਵਿੱਚ ਤੇਰੇ ਜਨ ਪ੍ਰਸੰਨ ਰਹਿੰਦੇ ਨੇ ਕਿ ਸਾਡਾ ਭਲਾ ਕੀ ਹੋਇਆ, ਇੰਜ ਹੋਇਆ ਇਹ ਭਲਾ, ਕਿਉਂਕਿ ਭਗਤ ਰੱਬ ਦੇ ਪਿਆਰੇ ਜਨ ਨੇ, ਪਰਮੇਸ਼ਰ ਦੀ ਆਪਣੀਆਂ ਭਗਤਾਂ ਦੀ ਪਿਆਰੇ, ਉਹ ਆਦਿ ਤੋਂ ਰੱਖਦਾ ਆਇਆ ਅੱਜ ਦਾ ਨਹੀਂ, ਆਦਿ ਹਰ ਯੁੱਗ ਯੁੱਗ ਭਗਤ ਉਪਾਇਆ, ਸਭ ਯੁੱਗਾਂ ਵਿੱਚ ਭਗਤ ਹੋਏ ਨੇ, ਪਰਮੇਸ਼ਰ ਨੇ ਆਪ ਭੇਜੇ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਆਪ ਪੈਜ ਰੱਖਦਾ ਮੇਰਾ ਵਾਹੀ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ,
ਹਰ ਅਣਾਕ ਸਦੋ ਢਖਦ ਮਾਰਿਆ ਪ੍ਰਹਿਲਾਦ ਅਹੰਕਾਰੀਆਂ ਨਿੰਦਕਾਂ ਜੋ ਹੰਕਾਰੀ ਨੇ ਨਿੰਦਕ ਨੇ ਚੁਗਲ ਨੇ ਉਹਨਾਂ ਤੋਂ ਮੁੱਖ ਮੋੜਿਆ ਪਰਮੇਸ਼ਰ ਨੇ ਉਹ ਬੇਮੁੱਖ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਜਨ ਨਾਨਕ ਐਸਾ ਖਰਸੀ ਵੀ ਅੰਤ ਲਈ ਛੜਾ ਤੋਂ ਮੁੱਖ ਮੋੜਿਆ ਪਰ ਜਿਹਨਾਂ ਨੇ ਜਪਿਆ ਜਿਹਨਾਂ ਨੇ ਰਹਿੰਦਿਆਂ ਉਹਨਾਂ ਦੀ ਪੈਜ ਗੁਰੂ ਨਾਨਕ ਪਿਆਰੀਓ ਆਦਤ ਉਹ ਰੱਖਦਾ ਆ ਅੱਜ ਵੀ ਰੱਖਦਾ ਬਸੰਤ ਮੋਹਲਾ ਪੰਜੋ ਹੁਕਮ ਕਰ ਕੀਨੇ ਹਾਲ ਆਪਣੇ ਸੇਵਕ ਕੋ ਭਿਆਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ ਹੁਕਮ ਕਰ ਕੀਨੇ ਨੇ ਹਾਲ ਖੇ ਭਾਈ ਹੁਕਮ ਮਨਾ ਕੇ ਪਰਮੇਸ਼ਰ ਆਪਣੇ ਭਗਤਾਂ ਤੋਂ ਆਪਣੇ ਜਨਾਂ ਤੋਂ ਹੁਕਮ ਮਨਾ ਕੇ ਦਾਸਾਂ ਨੂੰ ਨਿਹਾਲ ਕਰ ਦਿੰਦਾ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਆਪਣੇ ਸੇਵਕ ਨੂੰ ਦਿਆਲ ਹੋਇਆ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਸਤਿਗੁਰ ਹੋਏ ਦਿਆਲ ਨਾ ਕਬਹੋਂ ਚੋਰੀ ਹੈ ਸਤਿਗੁਰ ਹੋਏ ਦਿਆਲ ਨਾ ਦੁੱਖ ਨਾ ਜਾਣੇ ਗੁਰੂ ਦੀ ਦਿਆਲਤਾ ਗੁਰੂ ਦੀ ਪ੍ਰਸੰਨਤਾ ਆਪਣੇ ਸੇਵਕ ਕੋ ਭਇਆ ਗੌਰ ਪੂਰੈ ਸਭ ਪੂਰਾ ਕੀਆ ਅੰਮ੍ਰਿਤ ਅੰਮ੍ਰਿਤ ਮਹਿੰਦੀਆ ਪੂਰੇ ਗੁਰੂ ਨੇ ਮੇਰਾ ਮਨੋਰਥ ਸਭ ਪੂਰਾ ਕਰ ਦਿੱਤਾ ਕਿਉਂਕਿ ਨਾਮ ਅੰਮ੍ਰਿਤ ਸਾਨੂੰ ਹਿਰਦੇ ਵਿੱਚ ਪ੍ਰਾਪਤ ਕਰ ਦਿੱਤਾ ਆਪ ਦਿੱਤਾ ਗੁਰੂ ਗੁਰ ਪੂਰੈ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦ ਮਹਿੰਦੀਆ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ ਬਾਹਾਂ ਪਗ ਭਵ ਜਲ ਨਿਸਦਾਰਿਓ ਜਦੋਂ ਗੁਰੂ ਦੀ ਦਿਆਲਤਾ ਕਿਰਪਾਲਤਾ ਪਿਆਰੀਓ ਤੇ ਮੇਰੇ ਕਰਮ ਅਤੇ ਧਰਮ ਦਾ ਕੁਝ ਵਿਚਾਰ ਨਹੀਂ ਕੀਤਾ ਸਮਰੱਥ ਗੁਰੂ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ ਬਾਹਾਂ ਪਗ ਭਵ ਜਲ ਨਿਸਦਾਰਿਓ ਆਪ ਬਾਣ ਫੜ ਲਈ ਤਲੋਕੀ ਦੇ ਮਾਰ ਤੇਰੀ ਬੁੱਧੀ ਰੂਪੀ ਬਾਹ ਨੂੰ ਪਕੜ ਸੰਸਾਰ ਸਮੁੰਦਰ ਤੋਂ ਆਪ ਪਾਰ ਕਰ ਦਿੱਤਾ ਬਾਹਾਂ ਪਕੜ ਗੋਦ ਕੱਢਿਆ ਸੋਈ ਉਤਰਿਆ ਪਾਰ ਜਿਨ੍ਹਾਂ ਦੀ ਬਾਹ ਸਮਰੱਥ ਗੁਰੂ ਨੇ ਫੜ ਲਈ ਉਹ ਪਾਰ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰ ਪੂਰੇ ਕੀ ਸਰਣੀ ਪਰੇ ਜੋ ਪੁਰਸ਼ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਿਆਰਿਆ ਸੋ ਸਮਰੱਥ ਗੁਰੂ ਨੇ ਅਗਿਆਨ ਨੂੰ ਮੈਲ ਨੂੰ ਕੱਟ ਕੇ ਨਿਰਮਲ ਕਰ ਦਿੱਤਾ ਆਪ ਕਰੇ ਆਪ ਕਰਨਾ ਹਰ ਕਰ ਕਿਰਪਾ ਨਾਨਕ ਉਧਾਰੇ ਕਰਨ ਖਾਰ ਮੇਰੇ ਵਾਂਗੀ ਗੁਰੂ ਗੁਰੂ ਨਾਨਕ ਸਭ ਆਪਣੇ ਜਾਣ ਕੇ ਆਪਣੇ ਦਾਸ ਕਰ ਲਏ ਕਿ ਮੇਰੇ ਨੇ ਮੈਂ ਵੀ ਸਾਰੇ ਉਸਦੇ ਹੀ ਉਹ ਸਾਂਝਾ ਮਾਲਕ ਸਾਂਝਾ ਮਾਤਾ ਪਿਤਾ ਸਭਨਾ ਦਾ ਆਪ ਦਾਸ ਕਰ ਲਏ ਕਿ ਮੇਰੇ ਨੇ ਆਪ ਕਰੇ ਆਪ ਕਰਨਾ
ਕਿਉਂਕਿ ਕਰਨ ਹਾਰ ਸਭਨਾ ਦਾ ਆਪ ਹੈ ਬਿਦਾਵਰ। ਕਰ ਕਿਰਪਾ ਨਾਨਕ ਉਧਾਰੇ, ਕਿਰਪਾ ਕੇ ਆਪ ਉਧਾਰ ਕੀਤਾ ਤਾਰੇ। ਬਸੰਤ ਮਹਲਾ ਪੰਜੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਖ ਫੂਲ 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 ਆਮ ਤਿਆਗ ਤਿਆਗ ਚਰਨ ਕਮਲ ਬਾਗ। ਦੇਖੋ ਸੰਤ ਜਨੋ ਰੂਪੀ ਵਣ ਗੁਣਾ ਰੂਪੀ ਫੁੱਲਾਂ ਕਰਕੇ ਫੁੱਲੇ ਹੋਏ ਪ੍ਰਫੁੱਲਤ ਹੋ ਰਹੇ ਨੇ। ਰੱਬ ਦੇ ਜਨ ਮਹਾਤਮਾ ਸੰਤ ਫੁੱਲੇ ਹੋਏ ਫੁੱਲਾਂ ਸਮ ਪਦਾਰਥ ਫੁੱਲੇ ਹੋਏ ਦੇ ਕੇ ਤਿੰਨਾਂ ਨੇ ਤਿਆਗੇ। ਤਿਆਗ ਦਾ ਹੰਕਾਰ ਵੀ ਤਿਆਗਿਆ। ਪ੍ਰਭੂ ਨੇ ਚਰਨ ਕਮਲਾਂ ਵਿੱਚ ਖਚਤ ਹੋ ਗਏ। ਰੱਤੇ ਨੇ ਪਰਮੇਸ਼ੁਰ ਦੀ ਯਾਦ ਚਿੰਤਨ ਵਿੱਚ ਰੱਬ ਦੇ ਜਨ ਸਨ। ਤੁਮ ਮਿਲੋ ਪ੍ਰਭ ਸੁਭਾਗ ਹਰ ਚੇਤ ਮਨ ਮੇਰੇ। ਪਾਤਸ਼ਾਹ ਪ੍ਰਮਾਉਂਦੇ ਨੇ ਇਹ ਪਿਆਰਿਓ, ਤੁਸੀਂ ਵੀ ਸੁਭਾਗੇ ਜਨੋ, ਤੁਸੀਂ ਵੀ ਸੰਤਾਂ ਦਾ ਸੰਗਤ ਕਰੋ, ਰੱਬ ਦੇ ਜਨਾਂ ਸੰਤਾਂ ਦੀ ਜੋ ਮਿਲੇ ਹੋਏ ਨੇ ਰੱਤੇ ਹੋਏ। ਹਰੀ ਸਮਰੱਥ ਨੂੰ ਜਪੋ ਚੇਤੋ ਔਰ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ਾਂ ਲਵੋ। ਤੁਮ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ। ਸਗਨ ਵਾਸ ਕੂਲ ਇੱਕ ਰਹੇ ਸੂਕ ਕਠੂਲ। ਗੁਰਮੁਖ ਪਰਮੇਸ਼ਵਰ ਦੇ ਜਸ ਰੂਪੀ ਸਗਨ ਵਾਸਨਾ ਨੂੰ ਲੈ ਕੇ ਖਰੇ ਹੋ ਰੱਖੇ, ਕਿਉਂਕਿ ਜਸ ਸੁਣਦੇ ਨੇ ਜਸ ਗਾਉਂਦੇ। ਇੱਕ ਮਨਮੁਖ ਕਠੋਰ ਚਿੱਤ ਵਾਲੇ ਸੁੱਖ ਰਹੇ ਦਿਨ ਰਾਤ ਨਿੰਦਿਆ, ਦੂਜੇ ਭਾਵ ਦੇ ਖੋਟੇ ਕਦਮਾਂ ਵਿੱਚ ਪ੍ਰਵਿਰਤ ਨੇ, ਭਗਤੀ ਤੋਂ ਗੀਣੇ ਨੇ, ਕਿਉਂਕਿ ਰੰਗ ਨਹੀਂ ਲੱਗਿਆ ਜਿਵੇਂ ਚੰਦਨ ਦੇ ਰੁੱਖ ਦੇ ਨੇੜੇ ਬਾਂਸ ਦਾ ਰੁੱਖ ਸੁਗੰਧੀ ਪ੍ਰਵੇਸ਼ ਨਾ ਕਰ ਸਕਦਾ। ਚੰਦਨ ਕਹਿ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਐਸਾ ਹਾਲ ਉਹਨਾਂ ਨਿੰਦਕਾਂ ਮਨਮੁੱਖਾਂ ਦਾ, ਕਠੋਰ ਚਿੱਤ ਵਾਲਿਆਂ ਦਾ। ਬਸੰਤ ਰੁੱਤ ਆਈ ਪਰ ਫੂਲ ਤਾਰ। ਮਨੁੱਖ ਜਨਮ ਰੂਪੀ ਇਹ ਬਸੰਤ ਰੁੱਤ ਹੈ ਜੋ ਆਪਾਂ ਨੂੰ ਅਮੋਲਕ ਜਨਮ ਮਨੁੱਖਾਂ ਮਿਲਿਆ ਪਿਆਰੀ। ਉਹ ਇਹੀ ਮਾਨੋ ਬਸੰਤ ਰੁੱਤ ਹੈ ਜੋ ਤਤ ਵੇਤਾ ਹੈ। ਸੋ ਪ੍ਰਫੁੱਲਤ ਹੋ ਰਹੇ ਨੇ ਮਹਾਤਮਾ ਰੱਬ ਦੇ ਮਨਮੁੱਖ, ਵਿਸ਼ੇਸ਼ ਕਰਕੇ ਫੁੱਲਣੇ ਤੋਂ ਰਹੇਗੇ, ਗੁਣਾਂ ਤੋਂ ਹੀਰੇ ਨੇ, ਉਹਨਾਂ ਨੇ ਗੁਣਾਂ ਨੂੰ ਸੰਗ੍ਰਹਿ ਨਹੀਂ ਕੀਤਾ, ਗੁਣ ਨਹੀਂ ਇਕੱਤਰ ਕੀਤੇ। ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ। ਪਾਤਸ਼ਾਹ ਪਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਇਹ ਪਿਆਰੀਓ ਅਬ ਯੁੱਗ ਕਲ ਯੁੱਗ ਦਾ ਆਇਆ, ਘੋਰ ਕਲ ਯੁੱਗ ਦਾ ਸਮਾਂ। ਇਸ ਘੋਰ ਕਲ ਯੁੱਗ ਦੇ ਯੁੱਗ ਵਿੱਚ ਇੱਕ ਮੇਰੇ ਵਾਂਗੇ ਗੁਰੂ ਗੁਰੂ ਨਾਨਕ ਦੇ ਨਾਮ ਦਾ ਬੀਜ ਬੀਜੋ, ਬਾਰੰਬਾਰ ਬੀਜੋ। ਇਹ ਨਹੀਂ ਕਿ ਇੱਕ ਦਿਨ ਜਪ ਲਿਆ ਫਿਰ ਜਪਣਾ, ਨਿੱਤ ਹੀ ਜਪੋ, ਨਿੱਤ ਦੇ ਨੇਮੀ ਬਣੋ। ਜੋ ਸਤਿਗੁਰਾਂ ਨੇ ਆਪਾਂ ਨੂੰ ਨਿੱਤ ਨੇਮ ਬਖਸ਼ੇ ਕਿ ਨੇਮ ਕਰ ਕਿ ਨਿੱਤ ਸਚੇਰੀ ਯਾਦ ਵਿੱਚ ਜੁੜਨਾ। ਚੌਵੀ ਘੰਟਿਆਂ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਆ ਕਰਨੀਆਂ ਦੋ ਢਾਈ ਘੰਟੇ ਉਸ ਪਰਮੇਸ਼ਰ ਮੇਰੇ ਵਾਂਗੀ ਗੁਰੂ ਦੇ ਨਿਮਿਤ ਕੱਢ ਨੇ ਤੇਰੇ 'ਤੇ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਵੱਡੀਆਂ ਦਾਤਾਂ ਦਿੱਤੀਆਂ ਤੈਨੂੰ। ਉਹ ਮਾਲਕ
ਬਖਸ਼ਿਸ਼ਾਂ ਕਰਦਾ, ਦਾਤਾਂ ਦਿੰਦਾ। ਉਹ ਦੇਖਦਾ ਵੀ ਹੈ ਪਿਆਰੇ, ਉਹ ਸੁਣਦਾ ਵੀ, ਲੁਕਿਆ ਛੁਪਿਆ ਨਹੀਂ ਉਹ ਵੇਖੈ। ਉਹ ਨਾ ਨਦਰ ਨਾ ਵੈ ਬਹੁਤਾ ਹੋ ਵੱਡਾ। ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਪਾਤਸ਼ਾਹ ਫਰਮਾਉਂਦੇ ਨੇ ਯੁੱਗ ਗੱਲ ਯੁੱਗ ਦਾ, ਮਤ ਤੁਸੀਂ ਭਰਮ ਦੇ ਵਿੱਚ ਸੰਸੇ ਵਿੱਚ ਰਹਿ ਜਾਇਓ ਕਿਤੇ, ਕਿ ਨਾਮ ਤੋਂ ਬਿਨਾਂ ਔਰ ਕਰਮਾਂ ਦੇ ਬੀਜਣੇ ਦੀ ਹੁਣ ਰੁੱਤ ਨਹੀਂ। ਮਤ ਭਰਮ ਦੀ ਭੁੱਲ ਵਿੱਚ ਤੁਸੀਂ ਭੁੱਲ ਜਾਇਓ ਪਿਆਰਿਓ। ਸਤਿਗੁਰੂ ਸਮਝਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਇੱਕ ਪਦ ਨੂੰ ਦੋ ਵਾਰ ਕਹਿਣੇ ਵਿੱਚ ਕੇਵਲ ਉਪਦੇਸ਼ ਦ੍ਰਿੜ ਕਰਾਉਣੇ ਦਾ ਤਾਤ ਬਲ ਚ ਹੈ। ਤਾਂ ਸਤਿਗੁਰਾਂ ਨੇ ਵਚਨ ਕਹੇ, ਮਤ ਭਰਮ ਭੁੱਲੋ ਭੁੱਲੋ, ਮਤ ਪਿਆਰਿਓ ਭੁੱਲ ਜਾਇਓ, ਮਤ ਭੁੱਲ ਜਾਇਓ। ਸਮਝਾਉਂਦੇ ਨੇ, ਵਾਰੰਵਾਰ ਕਹਿੰਦੇ ਨੇ ਪਿਆਰਿਓ, ਇਹ ਯੁੱਗ ਗੱਲ ਯੁੱਗ। ਬਾਬਾ ਜੀ ਨੇ ਵੀ ਇੱਕ ਨਾਮ ਨੂੰ ਜਪਿਆ, ਕਿਉਂਕਿ ਰੱਬ ਦੇ ਜਨ ਆਪ ਪਰਮੇਸ਼ਰ ਹੀ ਆਉਂਦਾ ਸਾਧੂ ਦੇ ਰੂਪ ਵਿੱਚ, ਸੋਝੀ ਦੇਣ ਮਤ ਦੇਣ। ਪਹਿਲਾਂ ਜਪਦਾ ਹੈ ਫਿਰ ਜਪਣ ਦਾ ਉਪਦੇਸ਼ ਦਿੰਦਾ। ਗੁਰ ਮੇਰੇ ਖਾਰ ਪਾਏ ਜਿਸ ਮਸਤਕ ਹੈ ਲੇਖਾ। ਗੁਰ ਮੇਲੇ ਹਰ ਪਾਏ ਜਿਸ ਮਸਤਕ ਹੈ ਤੇ ਮਸਤਕ ਪਰ ਉੱਤਮ ਲੇਖ ਮੇਰੇ ਗੁਰੂ ਨਾਨਕ ਮੇਰੇ ਵਧਾਤਾ ਨੇ ਲਿਖੇ ਨੇ। ਕਿਉਂਕਿ ਪਿਆਰਿਓ ਆਪਾਂ ਲੇਖ ਲਿਖਾ ਕੇ ਆਏ ਹਾਂ, ਲੇਖਾਂ ਦੇ ਵਿੱਚ ਹੀ ਵਿਚਰਦੇ ਹਾਂ। ਰੇ ਜਨ ਲੇਖੈ ਚੱਲੈ, ਲੇਖੈ ਵੈਸੈ, ਲੇਖੈ ਲੈਂਦਾ ਸਾਹ, ਸਭ ਕੁਝ ਲੇਖੇ ਵਿੱਚ। ਇਸਨੇ ਗੁਰੂ ਨੂੰ ਮਿਲ ਵਾਹਿਗੁਰੂ ਨੂੰ ਪਾ ਲਿਆ, ਜਿਸ ਕੇ ਮਸਤਕ ਪਰ ਉੱਤਮ ਲੇਖ ਵਧਾਤਾ ਨੇ ਲਿਖੇ, ਪ੍ਰਾਪਤੀ ਹੋਈ ਇੱਕ ਹੋਰ। ਗੁਰ ਮਿਲੇ ਹਰ ਜਿਸ ਮਸਤਕ ਹੈ ਲੇਖ, ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ, ਹਰ ਹਰੇ ਹਰ ਹਰੇ। ਮਨ ਰੁੱਤ ਨਾਮ ਰੇ, ਪਾਤਸ਼ਾਹ ਤੇਰੇ ਵਚਨ ਕਹਿੰਦੇ ਨੇ ਪਿਆਰਿਓ, ਨਾਮ ਜਪਣੇ ਦੀ ਰੁੱਤ ਹੈ ਪਿਆਰਿਆ, ਮਨ ਕਰਕੇ ਨਾਮ ਜਪ। ਇਹ ਰੁੱਤ ਜੋ ਮਨੁੱਖਾ ਜਨਮ ਮਿਲਿਆ, ਨਾਮ ਜਪਣ ਦੀ ਰੁੱਤ ਹੈ। ਕਲਯੁਗ ਦਾ ਯੁੱਗ ਹੈ, ਨਾਮ ਦਾ ਬੀਜ ਬੀਜ ਮਨ ਰੁੱਤ ਨਾਮ ਦੇ ਹੇ ਪਿਆਰਿਆ, ਮਨ ਕਰਕੇ ਨਾਮ ਨੂੰ ਜਪੇ, ਰੁੱਤ ਹੈ ਨਾਮ ਜਪਣੇ ਦੀ। ਗੁਣ ਕਹੇ ਨਾਨਕ, ਹਰ ਹਰੇ ਹਰ ਹਰੇ। ਇੱਕ ਗੁਣਦਾਇਕ ਵਾਕ ਕਹੇ ਨੇ, ਮਨ ਤਨ ਬਾਣੀ ਹਰ ਕੀ ਘੜੀ ਨੂੰ ਜਪੋ ਤੁਸੀਂ ਪਿਆਰਿਓ, ਆਨੰਦ ਵਿੱਚ ਹੋ ਜਾਵੋਗੇ, ਚਿੰਤਾਵਾਂ ਦੁੱਖ ਸੰਸੇ ਨਿਵਿਰਤ ਹੋ ਜਾਵਣਗੇ। ਸੱਚੇ ਦੇ ਨਾਮ ਨੂੰ ਜਪੋਗੇ, ਰਾਧੋਗੇ, ਝਾਲਾਂਗੇ, ਉੱਠ ਨਾਮ ਜਪ ਨਿਸਵਾਸਰੀ ਆਰਾਧ, ਕਾਲਾ ਤੁਦੇ ਨਾ ਵਿਆਪੀ ਨਾਨਕ ਮਿਟਿਓ ਬਾਦ, ਵਿੱਚ ਝੋਰੇ ਨਿਵਿਰਤ ਹੋ ਜਾਵਣਗੇ, ਉਪਾਧੀਆਂ ਵਿਆਧੀਆਂ ਉਪਾਧੀਆਂ ਮਿਟ ਜਾਵਣ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦ ਗੁਰ ਵਧੀਏ, ਨਾਮ ਤੋਂ ਜਪੀਏ, ਸੰਗਤ ਕਰੀਏ ਸਤ ਪੁਰਸ਼ਾਂ ਦੀ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਸਰਦ ਲੋਕ ਪੰਨ
ਗੁਰੂ ਮਾਨ